ਹੈਲੋ ਐਂਡ ਸਸਤੀ ਕਾਲ ਟੂ एवरीवन ਦੋਸਤੋ ਅੱਜ 5 ਅਪ੍ਰੈਲ ਹੈ ਅਤੇ ਅੱਜ ਦੇ ਇਸ ਖੂਬਸੂਰਤ ਦਿਨ ਦੇ ਵਿੱਚ ਤੁਹਾਡੇ ਸਾਰੇ ਖੂਬਸੂਰਤ ਸਟੂਡੈਂਟਸ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੇ ਸੈਸ਼ਨ ਦੀ ਸ਼ੁਰੂਆਤ ਇੱਕ ਖੂਬਸੂਰਤ ਜੇ ਥੋਟ ਨਾਲ ਕਰਦੇ ਹਾਂ ਅੱਜ ਦੇ ਵਿਚਾਰ ਨਾਲ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਦੋਸਤੋ ਜਲਦੀ ਨਾਲ ਦੱਸ ਦਿਓ ਵੋ ਕੀ ਮੇਰੀ ਜੋ ਆਵਾਜ਼ ਹੈ ਮੇਰਾ ਜੋ ਪਿਕਚਰ ਹੈ ਇਹ ਬਿਲਕੁਲ ਕਲੀਅਰ ਤੁਹਾਡੇ ਤੱਕ ਆ ਰਿਹਾ ਹੈ ਕਿ ਨਹੀਂ ਆ ਰਿਹਾ ਸੋ ਅੱਜ ਦਾ ਜੋ ਸੈਸ਼ਨ ਹੈ ਉਸ ਦੀ ਅਸੀਂ ਸ਼ੁਰੂਆਤ ਕਰ ਸਕੀਏ ਅਤੇ ਗੁੱਡ ਮਾਰਨਿੰਗ ਜੀ ਸਭ ਨੂੰ ਕਿੰਦਰ ਬਾਬਾ ਨਿਮੀ ਸਿੰਘ ਗੁਰਪ੍ਰੀਤ ਲਖਵੀਰ ਧਿਕਸ਼ਾ ਹਾਂਜੀ ਸਭ ਨੂੰ ਗੁੱਡ ਮਾਰਨਿੰਗ ਜੀ ਮਨਪ੍ਰੀਤ ਕੌਰ ਸਾਹਿਲ ਪਾਟਿਆ ਕਵਿਤਾ ਜੰਗਰਾਲ ਹਾਂਜੀ ਗੁੱਡ ਮਾਰਨਿੰਗ ਟੂ एवरीवन ਮੀਨੂ ਰਾਣੀ ਅਤੇ ਦੋਸਤੋ ਕਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਹਾਂਜੀ ਮਨੀ 9313 ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਅਮਨਦੀਪ ਕੌਰ ਗੁੱਡ ਮਾਰਨਿੰਗ ਕੀ ਕਲਾਸ ਦੀ ਸਟਾਰਟ ਤੋਂ ਪਹਿਲਾਂ ਆਪਣਾ ਇਹ ਜੋ ਸੈਸ਼ਨ ਹੈ ਦੋਸਤੋ ਇੱਕ ਵਾਰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ ਹਰੇਕ ਉਸ ਰੂਤਮੰਦ ਬੱਚੇ ਤੱਕ ਜੋ ਹਰੇਕ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਪੰਜਾਬ ਨਾਲ ਰਿਲੇਟਡ ਪਟਵਾਰੀ ਪੰਜਾਬ ਪੁਲਿਸ ਨੈਪਸੀਲਦਾਰ ਕੋਈ ਵੀ ਐਗਜ਼ਾਮ ਹੋਵੇ ਅਤੇ ਦੋਸਤੋ ਹਰੇਕ ਆਪਣੇ ਜੋ ਦੋਸਤ ਮਿੱਤਰ ਤੱਕ ਹੈ ਇਹ ਸੈਸ਼ਨ ਨੂੰ ਜ਼ਰੂਰ ਪਹੁੰਚਾ ਦਿਆ ਕਰੋ ਤਾਂ ਦੋਸਤੋ ਅੱਜ ਦੇ ਸੈਸ਼ਨ ਦੀ ਸ਼ੁਰੂਆਤ ਕਰਦੇ ਹਾਂ ਕਿ ਸੂਰਜ ਵਾਂਗ ਦਮਕਣ ਲਈ ਸੂਰਜ ਵਾਂਗ ਬਲਣਾ ਵੀ ਪਵੇਗਾ ਦੋਸਤੋ ਦੋਸਤੋ ਇਹ ਅੱਜ ਦਾ ਜੋ ਥਾਟ ਹੈ ਇਹ ਵਿਚਾਰ ਹੈ ਡਾਕਟਰ ਕਲਾਮ ਜੀ ਨੇ ਕਿਹਾ ਸੀ ਅਤੇ ਦੋਸਤੋ ਸਪੈਸ਼ਲੀ ਅੱਜ ਮੈਂ ਇਸ ਨੂੰ ਸਿਲੈਕਟ ਇਸ ਲਈ ਵੀ ਕੀਤਾ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਨੇ ਤੁਹਾਡੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਹੋਣੇ ਨੇ ਜੋ ਪਟਵਾਰੀ ਦੀ ਤਿਆਰੀ ਕਰ ਰਹੇ ਨੇ ਦੋਸਤੋ ਅਤੇ ਕੋਵਿਡ 19 ਦੇ ਜੋ ਪ੍ਰਕੋਪ ਕਰਕੇ ਬਹੁਤ ਸਾਰੇ ਸਟੂਡੈਂਟਸ ਇਸ ਟਾਈਮ ਕਨਫਿਊਜ਼ਨ ਦੇ ਵਿੱਚ ਨੇ ਕਿ ਪੇਪਰ ਕੈਨਸਲ ਹੋਇਆ ਹੈ ਕਿ ਨਹੀਂ ਹੋਇਆ ਦੋਸਤੋ ਹੁਣ ਇਸ ਕੋਵਿਡ 19 ਦਾ ਆਪਣੇ ਪਟਵਾਰੀ ਐਗਜ਼ਾਮ ਦਾ ਇਸ ਥੋਟ ਨਾਲ ਕੀ ਸੰਬੰਧ ਹੈ ਦੋਸਤੋ ਤਾਂ ਦੋਸਤੋ ਸੂਰਜ ਵਾਂਗ ਦਮਕਣ ਲਈ ਠੀਕ ਹੈ ਜੇ ਸੂਰਜ ਵਾਂਗੂ ਤੁਸੀਂ ਚਮਕਣਾ ਹੈ ਤਾਂ ਦੋਸਤੋ ਸੂਰਜ ਵਾਂਗ ਬਲਣਾ ਵੀ ਪਵੇਗਾ ਤਾਂ ਦੋਸਤੋ ਬਲਣ ਇੱਥੇ ਬਲਣ ਦਾ ਮਤਲਬ ਇਹੀ ਹੈ ਕਿ ਤੁਹਾਡੀ ਜੋ कोशिश है थोड़ी जो प्रेपरेशन है वो कंसिस्टेंट चलनी रहनी चाहिए दोस्तों कि ये जो एग्जाम है चाहे दो मई में हो चाहे दो मई में ना होे हथ नहीं है साढ़े हाथ के सिर्फ की है साडे हथ सिर्फ तो सिर्फ प्रेपरेशन करना है लगातार साहन करते रहना है दोस्तों हजे तक कोई चांस नहीं है कि पेपर अगे गया क्योंकि ट्रिपल एस बी की बोर्ड से ऑफिशियल कोई भी नोटिफिकेशन नहीं है लेकिन जे ਮਨ ਲੋ ਅਸੀਂ 1% ਚਾਂਸ ਲੈ ਕੇ ਚੱਲਦੇ ਆ ਕਿ ਅੱਗੇ ਚੱਲਦਾ ਵੀ ਹੈ ਤਾਂ ਦੋਸਤੋ ਤੁਹਾਡੀ ਜੋ ਲਗਾਤਾਰ ਜੋ ਕੰਸਿਸਟੈਂਟ ਤਿਆਰੀ ਕਰ ਰਹੇ ਹੋ ਉਸ ਨੂੰ ਤੁਸੀਂ ਨਹੀਂ ਛੱਡਣਾ ਲਗਾਤਾਰ ਹੈ ਉਸ ਦੇ ਉੱਪਰ ਹੈ ਤੁਸੀਂ ਆਪਣਾ ਫੋਕਸ ਰੱਖਣਾ ਹੈ ਤਾਂ ਹੀ ਦੋਸਤੋ ਫਿਰ ਤੁਸੀਂ ਸੂਰਜ ਵਾਂਗ ਹੈ ਧਮਕ ਸਕਦੇ ਹੋ ਚਮਕ ਸਕਦੇ ਹੋ ਜੀ ਠੀਕ ਹੈ ਤਾਂ ਦੋਸਤੋ ਅ ਅੱਜ ਦਾ ਇਹ ਜੋ ਥੋਟ ਹੈ ਇਸ ਨਾਲ ਤੁਸੀਂ ਆਪਣਾ ਜੋ ਹੈ ਮਨੋਬਲ ਹੈ ਹੌਸਲਾ ਹੈ ਠੀਕ ਹੈ ਆਪ ਕਰਕੇ ਲਗਾਤਾਰ ਪੜਨਾ ਹੈ ਅਤੇ ਇਸ ਚੀਜ਼ ਦਾ ਕਿ ਪੇਪਰ ਟਾਈਮ ਤੇ ਹੋਵੇਗਾ ਨਹੀਂ ਹੋਵੇਗਾ ਇਸ ਨੂੰ ਸੋਚ ਕੇ ਆਪਣੀ ਜੋ ਤਿਆਰੀ ਨੂੰ ਤੁਸੀਂ ਯੂ نو ਅ ਯੂ نو ਨਹੀਂ ਛੱਡਣਾ ਅਤੇ ਤਿਆਰੀ ਲਗਾਤਾਰ ਕਰਨੀ ਹੈ ਦੋਸਤੋ ਦੋਸਤੋ ਇਸ ਤੋਂ ਬਾਅਦ ਮੈਂ ਸੈਟਰਡੇ ਨੂੰ ਦੋਸਤੋ ਇੱਕ ਸ਼ੁਰੂਆਤ ਕੀਤੀ ਸੀ ਕਿ ਜਿੰਨੇ ਵੀ ਅਜੇ ਤੱਕ ਪੇਪਰ ਹੋਣੇ ਨੇ ਦੋਸਤੋ ਸਭ ਬਾਰੇ ਹੈ ਮੈਂ ਹਰ ਰੋਜ਼ ਹੈ 2 ਮਿੰਟ ਲਗਾ ਕੇ ਤੁਹਾਨੂੰ ਦੱਸ ਦਿਆ ਆਂਗ ਕੀ ਕਿਹੜੇ ਕਿਹੜੇ ਪੇਪਰ ਆਏ ਨੇ ਜਿਵੇਂ ਦੋਸਤੋ ਤੁਹਾਨੂੰ ਪਤਾ ਹੈ ਪਟਵਾਰੀ ਨਹਿਸੀਲਦਾਰ ਤਾਂ ਨਿਕਲ ਚੁੱਕੇ ਨੇ 올ਰੀਡੀ ਉਹਨਾਂ ਦੀਆਂ ਜੋ ਫਿਕਸ ਡੇਟਸ ਆ ਚੁੱਕੀਆਂ ਨੇ ਇਸ ਤੋਂ ਇਲਾਵਾ ਦੋਸਤੋ ਪੰਜਾਬ ਪੁਲਿਸ ਦੀ ਜੋ ਰਿਕਰੂਟਮੈਂਟ ਹੈ ਬਹੁਤ ਜਲਦ ਆਉਣ ਵਾਲੀ ਹੈ ਕਾਫੀ ਬਾਰ ਪੰਜਾਬ ਸਰਕਾਰ ਬੋਲ ਚੁੱਕੀ ਹੈ ਇਸ ਤੋਂ ਇਲਾਵਾ ਦੋਸਤੋ ਐਂਟੀਟੀ ਦੀਆਂ ਵੀ ਲਗਭਗ 8000 ਤੋਂ ਜ਼ਿਆਦਾ ਪੋਸਟਾਂ ਆ ਚੁੱਕੀਆਂ ਨੇ ਜੋ ਬੱਚੇ ਐਂਟੀਟੀ ਲਈ एलिਜੀਬਲ ਨੇ ਤਾਂ ਉਹ ਆਪਣਾ 24 ਅਪ੍ਰੈਲ ਤੱਕ ਆਪਣਾ ਫਾਰਮ ਫਿਲ ਕਰ ਸਕਦੇ ਨੇ ਇਸ ਤੋਂ ਇਲਾਵਾ ਦੋਸਤੋ ਆਪਾਂ ਜੋ ਗੱਲ ਕੀਤੀ ਸੀ ਸਕੂਲ ਲਾਇਬ੍ਰੇਰੀਅਨ ਦੀ ਸਕੂਲ ਲਾਇਬ੍ਰੇਰੀਨ ਦੀਆਂ ਵੀ 7 eligible ਹੋ ਜਾਂ ਤੁਹਾਡੇ ਕੋਲ ਸਰਟੀਫਿਕੇਟ ਹੈ ਲਾਇਬ੍ਰੇਰੀ ਦਾ ਜੋ ਡਿਪਲੋਮਾ ਹੈ ਤਾਂ ਤੁਸੀਂ ਇਸ ਨੂੰ ਵੀ ਫਿਲ ਕਰ ਸਕਦੇ ਹੋ ਦੋਸਤੋ ਇਸ ਤੋਂ ਇਲਾਵਾ ਦੋਸਤੋ ਆਪਾਂ ਗੱਲ ਕੀਤੀ ਸੀ ਸਿਵਲ ਇੰਜੀਨੀਅਰਸ ਦੀ ਸਿਵਲ ਇੰਜੀਨੀਅਰਸ ਦੀ ਜੋ ਪੋਸਟਾਂ ਨੇ ਰੂਰਲ ਡਵੈਲਪਮੈਂਟ ਐਂਡ ਪੰਚਾਇਤ ਡਿਪਾਰਟਮੈਂਟ ਦੇ ਵਿੱਚ ਲਗਭਗ 125 ਪੋਸਟਾਂ ਨੇ ਇਸ ਤੋਂ ਇਲਾਵਾ ਜੀ ਆਪਾਂ ਗੱਲ ਕਰੀਏ ਦੋਸਤੋ ਇਲੈਕਟ੍ਰੀਕਲ ਇੰਜੀਨੀਅਰਸ ਦੀਆਂ ਵੀ ਪੋਸਟਾਂ ਨੇ ਸੇਮ ਡਿਪਾਰਟਮੈਂਟ ਰੂਰਲ ਡਵੈਲਪਮੈਂਟ ਪੰਚਾਇਤ ਡਿਪਾਰਟਮੈਂਟ ਦੇ ਵਿੱਚ ਉਸ ਤੋਂ ਇਲਾਵਾ ਦੋਸਤੋ ਜੋ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਹੈ ਇਸ ਦੇ ਵਿੱਚ ਵੀ ਵਕ ਵਕ ਜੋ ਐਗਜ਼ਾਮਸ ਵਕ ਵਕ ਜੋ ਐਗਜ਼ ਆਫੀਸ਼ਲ ਨੋਟੀਫਿਕੇਸ਼ਨ ਦੋਸਤੋ ਇਹਨਾਂ ਦੀ ਵੈਬਸਾਈਟ ਤੇ 8 ਅਪ੍ਰੈਲ ਨੂੰ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਕੁਝ ਦਿਨ ਪਹਿਲਾਂ ਨਿਊਜ਼ਪੇਪਰ ਦੇ ਵਿੱਚ ਫੇਸ ਲਈ ਦੋਸਤੋ ਕਈ ਇਸ ਤਰ੍ਹਾਂ ਦੀਆਂ ਪੋਸਟਾਂ ਨੇ ਜੋ ਸਿੰਪਲ ਗ੍ਰੈਜੂਏਸ਼ਨ ਕੋਈ ਵੀ ਇਹਨਾਂ ਨੂੰ ਫਿਲ ਕਰ ਸਕਦਾ ਜਿਹਦੇ ਵਿੱਚੋਂ ਕਲਰਕ ਹੈ ਡਾਟਾ ਐਂਟਰੀ ਆਪਰੇਟਰ ਹੈ ਸਪੈਸ਼ਲੀ ਇਹ ਦੋ ਪੋਸਟਾਂ ਤਾਂ ਇਸ ਦੀ ਪੂਰੀ ਜੋ ਇਨਫੋਰਮੇਸ਼ਨ ਹੈ ਜੋ 8 ਤਰੀਕ ਨੂੰ ਇਹਨਾਂ ਦੀ ਵੈਬਸਾਈਟ ਤੇ ਆ ਜਾਏਗੀ ਦੋਸਤੋ ਇਸ ਤੋਂ ਇਲਾਵਾ ਦੋਸਤੋ ਸੁਬੋਰੀਡ ਸਰਵਿਸਿਜ਼ ਨੇ ਵੀ 2280 ਪੋਸਟਾਂ ਕਿਹਾ ਹੈ ਜਿਸ ਦੇ ਵਿੱਚ ਦੋਸਤੋ ਅਲੱਗ-ਅਲੱਗ ਜੋ ਡਿਪਾਰਟਮੈਂਟਸ ਨੇ ਸਮਾਜਿਕ ਇੰਡਸਟਰੀਅਲ ਵਿਕਾਸ ਅਫਸਰ ਹੈ ਬਲਾਕ ਪਧਰੀ ਐਕਸਟੈਂਸ਼ਨ ਅਫਸਰ ਹੈ ਆਪਕਾਰਿਅਤੇ ਕਰਨ ਨਿਰਖਣ ਤਕਨੀਕੀ ਸਹਾਇਕ ਮੱਛੀ ਪਾਲਣ ਅਧਿਕਾਰੀ ਵਾਰਡਨ ਅਤੇ ਮਟਰਨਲ ਲੀਗਲ ਕਲਰਕ ਤੇ ਲਾਇਬ੍ਰੇਰੀਅਨ ਤਾਂ ਟੋਟਲ 2280 ਪੋਸਟਾਂ ਹੈ ਬੜੀ ਜਲਦੀ ਇਸ ਦੀ ਨੋਟੀਫਿਕੇਸ਼ਨ ਹੋਣ ਵਾਲੀ ਹੈ ਦੋਸਤੋ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਸਿਵਲ ਇੰਜੀਨੀਅਰਸ ਦੀਆਂ ਹੀ ਦੋਸਤੋ ਲੋਕਲ ਗਵਰਨਮੈਂਟ ਦੇ ਵਿੱਚ ਵੀ 12 ਪੋਸਟਾਂ ਨੇ ਅਲੱਗ ਤੋਂ ਆਈਆਂ ਹੋਈਆਂ ਨੇ ਅਤੇ ਇਹਨਾਂ ਸਾਰਿਆਂ ਦੀ ਜੋ ਤਿਆਰੀ ਲਈ ਦੋਸਤੋ ਸਾਡਾ ਇੱਕ ਸੁਪਰ ਕੰਬੋ ਪੈਕ ਚੱਲ ਰਿਹਾ ਹੈ ਜਿਦੇ ਵਿੱਚ ਦੋਸਤੋ ਹਰ ਇੱਕ ਐਗਜ਼ਾਮ ਦੀ ਤੇ 7499 ਦੇ ਵਿੱਚ ਕਰਵਾਈ ਜਾਏਗੀ ਅਤੇ ਇਸ ਦੀ ਵੈਲਿਡਿਟੀ 1 ਸਾਲ ਰਹੇਗੀ 1 ਸਾਲ ਦੇ ਵਿੱਚ ਤੁਹਾਨੂੰ ਸਾਰੇ ਐਗਜ਼ਾਮਸ ਦੀ ਤਿਆਰੀ ਉਹਨਾਂ ਦੇ ਨੋਟਸ ਉਹਨਾਂ ਦੇ ਟੈਸਟ ਸੀਰੀਜ਼ ਦੋਸਤੋ ਉਹਨਾਂ ਦੇ ਡਾਊਟ ਸੈਸ਼ਨ ਹਰੇਕ ਜੋ ਜੋ ਤਰ੍ਹਾਂ ਦੀ ਜੋ ਸਰਵਿਸਿਸ ਹੈ ਦੋਸਤੋ ਤੁਹਾਨੂੰ ਆਨਲਾਈਨ ਹੈ ਇਸ ਸੁਪਰ ਕੰਬੋ ਪੈਕ ਦੇ ਵਿੱਚ ਦਿੱਤੀ ਜਾਏਗੀ ਅਤੇ ਜੇ ਤੁਸੀਂ ਇਸ ਬਾਰੇ ਜਾਣਨਾ ਚਾਹੁੰਦੇ ਹੋ ਜਾਂ ਇਸ ਨੂੰ ਲੈਣਾ ਚਾਹੁੰਦੇ ਹੋ ਤਾਂ ਦੋਸਤੋ ਸਾਡੇ ਇਹ ਜੋ ਅਫੀਸ਼ੀਅਲ ਨੰਬਰ ਹੈ 93530000 41 ਠੀਕ ਹੈ ਜੇ ਤੁਸੀਂ ਇਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੰਬਰਸ ਤੇ ਕਾਲ ਕਰਕੇ ਆਪਣਾ ਜੋ ਹੈ ਇਹ ਸੁਪਰ ਕੰਬੋ ਪੈਕ ਬਾਰੇ ਹੈ ਜਾਣ ਸਕਦੇ ਹੋ ਦੋਸਤੋ ਦੋਸਤੋ ਇਸ ਤੋਂ ਬਾਅਦ ਸ਼ੁਰੂਆਤ ਕਰਦੇ ਹਾਂ ਅੱਜ ਦੇ ਕੁਐਸਚਨਸ ਦੀ ਠੀਕ ਹੈ ਅੱਜ ਦੇ ਕੁਐਸਚਨਸ ਦੀ ਸ਼ੁਰੂਆਤ ਕਰਦੇ ਹਾਂ ਜੀ ਠੀਕ ਹੈ ਤੇ ਦੋਸਤੋ अज के क्वचन तो पहला मैं फिर कह क्वेश्चन पढ़न तो पहला कि अपना जो शेयर अ लाइक नहीं रुकना चाहिए था दोस्तों एक बार दब के ठीक है हरेक छोटे तो छोटे पिंड तक है अपनी जो आवाज़ है अपना जो अपने जो चैनल दे, जो जो मिशन है दोस्तों उसको पूरा करने ली है जरूर हरेक बचे तक है इस सैशन शेयर जरूर कर दिया करो अ लाइक like भी ना न करद करो दोस्तों लाइक करना भी बड़ा जरूरी है ताकि जो पूरी टैक्नीकल टीम है ठीक है जो कैमरे के पिछे ने या होर जो लोग जुड़े हुए हैं उन्हों हौसला है वज सके हां जी ता जी हां जी ता सेक्टर 25 ਦੇ ਵਿੱਚ ਆ ਸਕਦੇ ਹੋ ਤੁਸੀਂ ਇੱਥੇ ਆ ਕੇ ਮਿਲਣਾ ਚਾਹੁੰਦੇ ਹੋ ਦੋਸਤੋ ਸਾਡੇ ਨਾਲ ਤਾਂ ਦੋਸਤੋ ਇਸ ਪ੍ਰਸ਼ਨ ਦੀ ਸ਼ੁਰੂਆਤ ਕਰਦੇ ਆ ਪਹਿਲਾ ਜੋ ਪ੍ਰਸ਼ਨ ਹੈ ਅੱਜ ਦਾ ਉਹ ਇਹ ਹੈ ਕਿ ਵਟ ਵਾਸ ਦਾ ਕੀ ਪੁਆਇੰਟ ਡਿਸਕ ਵਟ ਵਾਸ ਦਾ ਕੀ ਪੁਆਇੰਟ ਡਿਸਕਸਡ ਬਾਏ ਦਾ ਐਕਸਟਰਨਲ ਅਫੇਅਰ ਮਿਨਿਸਟਰੀ ਇਹ ਐਸ ਜੇ ਸ਼ੰਕਰ ਇਨ ਦਾ 17th ਬਿਮਸਟੈਕ ਮਿਨਿਸਟਰ ਮੀਟਿੰਗ ਦੋਸਤੋ ਬਿਮਸਟੈਕ ਜਿਵੇਂ 올ਰੇਡੀ ਅੱਜ ਤੱਕ ਆਪਾਂ ਗੱਲ ਕੀਤੀ ਹੈ ਕਾਫੀ ਆਰਗੇਨਾਈਜੇਸ਼ਨ ਦੀ ਚਾਹੇ ਉਹ ਸਾਰਕ ਹੋਵੇ ਚਾਹੇ ਉਹ ਜੀ20 ਹੋਵੇ ਚਾਹੇ ਉਹ ਬ੍ਰਿਕਸ ਹੋਵੇ ਠੀਕ ਹੈ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਹੋ ਹੋ ਤਾਂ ਹਰੇਕ ਦਾ ਜੋ ਜ਼ਿਕਰ ਹੈ ਹਰੇਕ ਕਲਾਸ ਦੇ ਵਿੱਚ ਦੋਸਤੋ ਹੋ ਹੀ ਜਾਂਦਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਅੱਜ ਆਪਾਂ ਜੋ ਜ਼ਿਕਰ ਕਰਾਂਗੇ ਬਿਮਸਟੈਕ ਦਾ ਦੋਸਤੋ ਬਿਮਸਟੈਕ ਦਾ ਜ਼ਿਕਰ ਉਸ ਵਕਤ ਵੀ ਹੋਇਆ ਸੀ ਜਦੋਂ 2009 19 ਦੇ ਵਿੱਚ ਨਰਿੰਦਰ ਮੋਦੀ ਗਵਰਨਮੈਂਟ ਹੈ ਦੁਬਾਰਾ ਬਣ ਕੇ ਆਈ ਸੀ ਅਤੇ ਇਹਨਾਂ ਨੇ ਚੀਫ ਗੈਸਟ ਦੇ ਤੌਰ ਤੇ ਦੋਸਤੋ ਬਿਮਸਟੈਕ ਦੇ ਜੋ ਰਾਸ਼ਟਰ ਹੈਡ ਸੀ ਉਹਨਾਂ ਨੂੰ ਬੁਲਾਇਆ ਸੀ ਦੋਸਤੋ ਤਾਂ ਦੋਸਤੋ ਇਹ ਜੋ ਬਿਮਸਟੈਕ ਹੈ ਸਭ ਤੋਂ ਪਹਿਲਾਂ ਅਸੀਂ ਦੇਖ ਲਈਦਾ ਫੁੱਲ ਫਾਰਮ ਕੀ ਹੈ ਇਸਦਾ ਦੋਸਤੋ ਫੁੱਲ ਫਾਰਮ ਹੈ ਬੇ ਆਫ ਬੰਗਾਲ ਹੋਲ ਇਨੀਸ਼ੀਏਟਿਵ ਫੋਰ ਮਲਟੀ ਸੈਕਟਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ ਦੋਸਤੋ ਬੇ ਆਫ ਬੰਗਾਲ ਦੇ ਆਸ-ਪਾਸ ਦੇ ਜੋ ਕੰਟਰੀਜ਼ ਨੇ ਉਹਨਾਂ ਦਾ ਇੱਕ ਗਰੁੱਪ ਹੈ ਇਸ ਦਾ ਫੁੱਲ ਫਾਰਮ ਬੜਾ ਇੰਪੋਰਟੈਂਟ ਹੈ ਬੇ ਆਫ ਬੰਗਾਲ ਇਨੀਸ਼ੀਏਟਿਵ ਫੋਰ ਮਲਟੀ ਸੈਕਟਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ ਦੋਸਤੋ ਠੀਕ ਹੈ ਤਾਂ ਦੋਸਤੋ ਇਹ ਕੁਐਸਚਨ ਇਹ ਹੈ ਕਿ ਇਹ ਰੀਸੈਂਟਲੀ ਇਸ ਦਾ ਇੱਕ ਸਮਿਟ ਹੋਈ ਸੀ ਠੀਕ ਹੈ ਇਸ ਦੀ ਇੱਕ ਸਮਿਟ ਹੋਈ ਸੀ ਤਾਂ ਇਸ ਦੀ ਜੋ ਸਮਿਟ ਦੇ ਵਿੱਚ ਬਿਮਸਟੈਕ ਦੀ ਸਮਿਟ ਦੇ ਵਿੱਚ ਹੈ ਸਾਡੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਜੀ ਨੇ ਹਿੱਸਾ ਲਿਆ ਸੀ ਉਸ ਦੇ ਵਿੱਚ ਹੈ ਮੁੱਖ ਜੋ ਪੁਆਇੰਟ ਕੀ ਫੈਕਟਰ ਕੀ ਸੀ ਜੋ ਕੇਸ ਦੇ ਵਿੱਚ ਹੈ ਡਿਸਕਸ ਕੀਤਾ ਗਿਆ ਸੀ ਤਾਂ ਦੋਸਤੋ ਇਸ ਦੇ ਵਿੱਚ ਜੋ অপਸ਼ਨਸ ਨੇ ਆਪਣੇ ਕੋਲ CREATION OF TRAVEL BUBBLE FREE TRADE AGREEMENT MASTER CONNECTIVITY PLAN VACCINE DRIVELY OUTLAY GREEN ENERGY COMMITMENTS ਠੀਕ ਹੈ ਤਾਂ ਇਹਦੇ ਵਿੱਚੋਂ ਹੈ ਆਨਸਰ ਆਲਰੇਡੀ ਵੈਸੇ ਮੈਂ ਦਿਖਾ ਵੀ ਦਿੱਤਾ ਹੈ ਤੁਹਾਨੂੰ ਲੇਕਿਨ ਇੱਕ ਵਾਰ ਦੋਸਤੋ ਜ਼ਰੂਰੀ ਸੀ ਫੁੱਲ ਫਾਰਮ ਇਸ ਦਾ ਜ਼ਿਆਦਾ ਇੰਪੋਰਟੈਂਟ ਹੈ ਅਤੇ ਮੈਂ ਆਲਰੇਡੀ ਤੁਹਾਨੂੰ ਦੱਸ ਦਿੱਤਾ ਹੈ ਕਿ 2019 ਦੇ ਵਿੱਚ ਮੋਦੀ ਗਵਰਨਮੈਂਟ ਜਦੋਂ ਆਈ ਤਾਂ ਉਦੋਂ ਇਹ ਇਸ ਦੇ ਜੋ ਰਾਸ਼ਟਰ ਹੈਡ ਸੀ ਉਹ ਸਾਡੇ ਚੀਫ ਗੈਸਟ ਵੀ ਸੀ ਦੋਸਤੋ ਠੀਕ ਹੈ ਤਾਂ ਦੋਸਤੋ ਇਹ ਜੋ ਚੀਫ ਗੈਸਟ ਹੁੰਦੇ ਨੇ ਹਮੇਸ਼ਾ ਇੰਪੋਰਟੈਂਟ ਰਹਿੰਦੇ ਨੇ ਚਾਹੇ 26 ਜਨਵਰੀ ਤੇ ਹੋਣ ਚਾਹੇ ਸਾਡੇ 15 ਅਗਸਤ ਤੇ ਹੋਣ ਜਿਵੇਂ ਇਸ ਵਾਰ 26 ਜਨਵਰੀ ਤੇ ਦੋਸਤੋ ਕਾਫੀ ਵਿਵਾਸਪਦ ਰਹਾ ਠੀਕ ਹੈ ਸਭ ਤੋਂ ਪਹਿਲਾਂ ਇੰਗਲੈਂਡ ਯੂਕੇ ਦੇ ਪ੍ਰਾਈਮ ਮਿਨਿਸਟਰ ਸੀ ਪਟੂਨਾ ਨੇ ਮਨ੍ਹਾ ਕਰ ਦਿੱਤਾ ਉਸ ਤੋਂ ਬਾਅਦ ਮੋਰੀਸ਼ੀਅਸ ਦੇ ਪ੍ਰਾਈਮ ਮਿਨਿਸਟਰ ਲੇਕਿਨ ਉਸ ਤੋਂ ਬਾਅਦ ਉਹ ਵੀ ਜੋ ਹੈ ਕੋਵਿਡ ਦੇ ਰੀਜ਼ਨਸ ਕਰਕੇ ਨਹੀਂ ਆ ਸਕੇ ਦੋਸਤੋ ਅਤੇ ਦੋਸਤੋ ਬੀਮਸਟੈ ਦਾ ਜੋ ਸਹੀ ਆਨਸਰ ਹੈ ਕਈ ਬੱਚਾ ਨੇ ਆਨਸਰ ਆਲਰੇਡੀ ਦੇ ਦਿੱਤਾ ਹੈ that is the master connectivity plan ਤਾਂ ਉਹ ਬੰਗਾਲ ਦੇ ਵਿੱਚ ਹੈ ਹਰੇਕ ਕੰਟਰੀ ਦੀ ਜੋ ਤਾਂ ਜੋ ਦੋਸਤੋ ਹੈ ਕਨੈਕਟੀਵਿਟੀ ਬੈਟਰ ਰਹੇ ਤਾਂ ਕਿ ਦੋਸਤੋ ਜੋ ਅਸੀਂ ਸਹਿਯੋਗ ਕਰਨਾ ਚਾਹੁੰਨੇ ਇੱਕ ਦੂਜੇ ਨਾਲ ਕੋਆਪਰੇਸ਼ਨ ਕਰਨਾ ਚਾਹੁੰਨੇ ਹਾਂ ਕਿਉਂਕਿ ਇਹ ਜੋ ਆਰਗੇਨਾਈਜੇਸ਼ਨ ਦੇਖੋ ਦੋਸਤੋ ਫੁੱਲ ਫਾਰਮ ਕੀ ਹੈ ਇਨੀਸ਼ੀਏਟਿਵ ਫਾਰ ਮਲਟੀਸੈਕਟਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ ਤਾਂ ਕੋਆਪਰੇਸ਼ਨ ਇਸ ਦੇ ਨਾਮ ਦੇ ਵਿੱਚ ਵੀ ਹੈ ਤਾਂ ਦੋਸਤੋ ਇਹੀ ਇਸ ਦਾ ਮੁੱਖ ਮੰਤਵ ਸੀ ਦੋਸਤੋ ਇਹ ਜੋ ਬਿਮਸਟੈਕ ਹੈ ਠੀਕ ਹੈ ਐਸਡੀ ਜੋ ਇਸ ਸਾਲ ਜੋ ਸਮਿਟ ਹੈ ਠੀਕ ਹੈ ਇਹ ਜੋ ਹੋਸਟ ਕੀਤਾ ਸੀ ਬਿਮਸਟੈਕਸ ਦੀ ਮੀਟਿੰਗ ਨੂੰ ਇਸ ਸਾਲ ਕਿਸ ਨੇ ਕੀਤਾ ਸੀ ਸ਼੍ਰੀਲੰਕਾ ਨੇ ਕੀਤਾ ਸੀ ਦੋਸਤੋ ਅਤੇ ਨਾਲ ਹੀ ਨਾਲ ਮੈਂ ਦੱਸਣਾ ਚਾਹਾਂ ਅੱਗੇ ਵਧਣ ਤੋਂ ਪਹਿਲਾਂ ਕਿ ਇਹ ਜੋ ਬਿਮਸਟੈਕ ਹੈ ਇਸ ਦਾ ਜੋ ਹੈਡਕੁਆਟਰ ਹੈ ਦੋਸਤੋ ਇਸ ਦਾ ਹੈਡਕੁਆਟਰ ਹੈ ਬੰਗਲਾਦੇਸ਼ ਦਾ ਜੋ ਕੈਪੀਟਲ ਹੈ ਧਾਕਾ ਦੇ ਵਿੱਚ ਦੋਸਤੋ ਠੀਕ ਹੈ ਜਿਵੇਂ ਅਸੀਂ ਗੱਲ ਕੀਤੀ ਸੀ ਪਹਿਲਾਂ ਕਿ ਜਿਵੇਂ ਸਾਰਕ ਦਾ ਜੋ ਹੈਡਕੁਆਟਰ ਹੈ ਉਹ ਨੇਪਾਲ ਦੇ ਵਿੱਚ ਹੈ ਦੋਸਤੋ ਢਾਕ ਕਾਠਮਾਂਡੂ ਦੇ ਵਿੱਚ ਠੀਕ ਹੈ ਉਸੇ ਤਰ੍ਹਾਂ ਬੈਂਸਟੈਕ ਦਾ ਜੋ ਹੈਡਕੁਆਟਰ ਹੈ ਉਹ ਧਾਕਾ ਹੈ ਵਿਚ ਇਜ਼ ਦਾ ਕੈਪੀਟਲ ਆਫ ਬੰਗਲਾਦੇਸ਼ ਅਤੇ ਇਸ ਸਾਲ ਜੋ ਜੋ ਹੋਸਟ ਕੀਤਾ ਹੈ ਸਮਿਟ ਨੂੰ ਉਹ ਕੀਤਾ ਹੈ ਸ਼੍ਰੀਲੰਕਾ ਨੇ ਜਿਵੇਂ ਦੋਸਤੋ ਅਸੀਂ ਗੱਲ ਇਹ ਵੀ ਕੀਤੀ ਸੀ ਕਿ ਬ੍ਰਿਕਸ ਨੂੰ ਇਸ ਸਾਲ 2021 ਦੇ ਵਿੱਚ ਹੋਸਟ ਕੌਣ ਕਰ ਰਿਹਾ ਹੈ ਹਾਲਾਂਕਿ ਸਮਿਟ ਦੋਸਤੋ ਤੁਹਾਨੂੰ ਪਤਾ ਹੈ ਕਿ ਜੋ ਸਮਿਟ ਹੈ ਉਹ ਵਰਚੁਅਲ ਹੀ ਹੋਏਗੀ ਲੇਕਿਨ ਹੋਸਟ ਕੌਣ ਕਰੇਗਾ ਜਲਦੀ ਨਾਲ ਮੈਨੂੰ ਇਸ ਦਾ ਉੱਤਰ ਵੀ ਦੇ ਦਿਓ ਬ੍ਰਿਕਸ ਨੂੰ ਇਸ ਸਾਲ ਕੌਣ ਹੋਸਟ ਕਰੇਗਾ ਕਾਫੀ ਵਾਰ ਮੈਂ ਦੱਸ ਚੁੱਕੇ ਹਾਂ ਠੀਕ ਹੈ ਅਤੇ ਇਹਦੇ ਵਿੱਚ ਦੋਸਤੋ ਜੋ ਦੋ ਐਗਰੀਮੈਂਟਸ ਹੋਈ ਨੇ ਕੋਸਟਲ ਸ਼ਿਪਿੰਗ ਐਗਰੀਮੈਂਟ ਅਤੇ ਦੂਸਰਾ ਮੋਟਰ ਵੀਹਿਕਲਸ ਐਗਰੀਮੈਂਟ ਵਿਲ ਬੀ ਸਾਈਨ ਇਨ ਦਾ ਫਿਮਸ ਪਮਸਟੈਕ ਸਮਿਟ ਲੀਡਰ ਠੀਕ ਹੈ ਤਾਂ ਦੋਸਤੋ ਇਸ ਸਾਲ ਦੇ ਸ਼੍ਰੀਲੰਕਾ ਨੇ ਉਸ ਨੂੰ ਹੋਸਟ ਕੀਤਾ ਹੈ ਅਤੇ ਮੇਨ ਜੋ ਮੁੱਖ ਮੁੱਦਾ ਰਿਹਾ ਉਹ ਇਹ ਹੀ ਰਿਹਾ ਕਿ ਮਾਸਟਰ ਕਨੈਕਟੀਵਿਟੀ ਪਲਾਨ ਅਤੇ ਦੋਸਤੋ ਬ੍ਰਿਕਸ ਇਸ ਸਾਲ ਕਿੱਥੇ ਹੋਏਗੀ ਤਾਂ ਅਫਰਬ ਜੋਤ ਨੇ ਕਾ बच्चे ने अंकित अरोड़ा किंदर सचिन ढाका सॉरी श्रीलंका हैडक्वा ढाका बंगलादेश है, है? बंगला, आ, आ, है बंगला अगले प्रश्न की तरफ चलते अगला प्रश्न की कहते हैं दोस्तों ठीक है अगला जो प्रश्न है हाउ मैनी डिजिट आर इन द यूनीक लैंड लैंड पार्सल आइडेंटिफिकेशन नंबर दोस्तों द शॉर्ट फॉर्म है यू एल पी आई एन मैं इस बार फिर एक बार जिक्र करा यूनिक लैंड पार्सल आइडेंटिफिकेशन नंबर दैट इज यूज फॉर द सेग्रीगेशन लैंड रिकॉर्ड्स तो दोस्तों ये जो प्रश्न है प्रश्न में समझाने के थोड़े तो पहला प्रश्न पूछ लेना दोस्तों असि गल की सेंट्रल गवर्नमेंट दकीम स्कीम सी तव ਠੀਕ ਹੈ ਸਵਮਿਤਾ ਸਕੀਮ ਜਿਸ ਦਾ ਪੰਜਾਬੀ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਨਾਮ ਰੱਖਿਆ ਸੀ ਮਿਸ਼ਨ ਲਾਲ ਲਕੀਰ ਤਾਂ ਦੋਸਤੋ ਜੇ ਤੁਸੀਂ ਪਿੰਡਾਂ ਤੋਂ ਬਿਲੋਂਗ ਕਰਦੇ ਹੋ ਜਾਂ ਅਜੇ ਪਿੰਡ ਵਿੱਚ ਰਹਿੰਦੇ ਹੋ ਤੁਹਾਨੂੰ ਪਤਾ ਹੋਵੇਗਾ ਅਸੀਂ ਲਾਲ ਲਕੀਰ ਵਾਲੀ ਜੋ ਥਾਂ ਹੈ ਉਸ ਨੂੰ ਬੋਲਦੇ ਹਾਂ ਲਾਲ ਲਕੀਰ ਵਾਲੀ ਜੋ ਹਰੇਕ ਬੱਚਾ ਸੁਣ ਲੇ ਧਿਆਨ ਨਾਲ ਜੇ ਥਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ ਦੋਸਤੋ ਜੇ ਥਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ ਜੋ ਕਿਸੇ ਦੇ ਵੀ ਨਾਮ ਤੇ ਨਹੀਂ ਹੁੰਦੀ ਤਾਂ ਇਸ ਸਕੀਮ ਦੇ ਤਹਿਤ ਮਿਸ਼ਨ ਲਾਲ ਲਕੀਰ ਦੇ ਤਹਿਤ ਤਾਂ ਗਵਰਨਮੈਂਟ ਨੇ ਇੱਕ ਨਵਾਂ ਜੋ ਮਿਸ਼ਨ ਲੈ ਕੇ ਆਈ ਸੀ ਕਿ ਉਹ ਉਸ ਜ਼ਮੀਨ ਤੇ ਉੱਪਰ ਜਿਸ ਦਾ ਵੀ ਕਬਜ਼ਾ ਹੈ ਜਾਂ ਜਿਸ ਦਾ ਵੀ ਕਰ ਹੈ ਜੋ ਉਸ ਤੇ ਬੈਠਿਆ ਹੋਇਆ ਹੈ ਉਹ ਉਸ ਦੇ ਨਾਮ ਹੈ ਕਰ ਦਿੱਤੀ ਜਾਏਗੀ ਤਾਂ ਇਸ ਇਸ ਪ੍ਰੋਗਰਾਮ ਨੂੰ ਗਵਰਨਮੈਂਟ ਨੇ ਨਾਮ ਦਿੱਤਾ ਸੀ ਮਿਸ਼ਨ ਲਾਲ ਲਕੀਰ ਠੀਕ ਹੈ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਸਵਮਿਤਾਵ ਤਾਂ ਇਹ ਜੋ ਸਵਮਿਤਾਵ ਸਕੀਮ ਦੇ ਤਹਿਤ ਦੋਸਤੋ ਜੋ ਹੈ ਇੱਕ ਹੁਣ ULPIN ਨੰਬਰ ਦਿੱਤਾ ਜਾਏਗਾ ਜਿਸ ਦੇ ਤਹਿਤ ਹਰੇਕ ਜੋ ਪਲਾਟ ਨੂੰ ਹਰੇਕ ਚਾਹੇ ਉਹ ਮਿਸ਼ਨ ਲਾਲਕੀਰ ਦੇ ਅੰਦਰ ਹੋਵੇ ਜਾਂ ਬਾਹਰ ਹੋਵੇ ਇੱਕ ਪਲਾਟ ਨੰਬਰ ਦਿੱਤਾ ਜਾਏਗਾ ਦੋਸਤੋ ਵੈਸੇ ਆਲਰੇਡੀ ਹੁੰਦੇ ਵੀ ਨੇ ਲੇਕਿਨ ਇਸ ਸਕੀਮ ਦੇ ਤਹਿਤ ਹੈ ਹਰੇਕ ਜੋ ਹੈ ਜਿਸ ਨੂੰ ਅਜੇ ਤੱਕ ਕੋਈ ਕਿਸੇ ਤਰ੍ਹਾਂ ਦਾ ਨੰਬਰ ਨਹੀਂ ਮਿਲਿਆ ਸੀ ਤਾਂ ਦੋਸਤੋ ਉਹ ਯੂ ਐਲ ਪੀ ਆਈ ਇਹ ਨੰਬਰ ਦੇ ਦਿੱਤਾ ਜਾਏਗਾ ਜਿਸ ਨਾਲ ਦੋਸਤੋ ਲੈਂਡ ਬਾਰੇ ਜੋ ਜਾਣਕਾਰੀ ਹੈ ਅੱਗੇ ਤੋਂ ਪ੍ਰਾਪਤ ਕਰਨਾ ਬੜਾ ਈਜ਼ੀ ਹੋ ਜਾਏਗਾ ਠੀਕ ਹੈ ਤਾਂ ਕੁਐਸਚਨ ਇਹ ਹੈ ਕਿ ਇਹ ਜੋ ਨੰਬਰ ਹੋਏਗਾ ਦੋਸਤੋ ਇਹ ਕਿੰਨੇ ਡਿਜੀਟ ਦਾ ਹੋਏਗਾ ਯੂਲਪੀਆਈ ਨੰਬਰ ਕਿੰਨੇ ਡਿਜੀਟ ਦਾ ਹੋਏਗਾ 8 16 14 6 12 ਦੋਸਤੋ ਇਹ ਜੋ ਪ੍ਰਸ਼ਨ ਹੈ ਜੋ ਸਪੈਸ਼ਲੀ ਪਟਵਾਰੀ ਦੀ ਤਿਆਰੀ ਕਰ ਰਹੇ ਨੇ ਬੱਚੇ ਉਹਨਾਂ ਲਈ ਵੀ ਬੜਾ ਇੰਪੋਰਟੈਂਟ ਹੋ ਸਕਦਾ ਹੈ ਕਿਉਂਕਿ ਪਟਵਾਰੀ ਦਾ ਜੋ ਮੁੱਖ ਕੋਰ ਤੌਰ ਤੇ ਕੰਮ ਹੀ ਦੋਸਤੋ ਹੁੰਦਾ ਹੈ ਇਹਨਾਂ ਚੀਜ਼ਾਂ ਨੂੰ ਮਾਪਣਾ ਤੇ ਦੋਸਤੋ ਹਾਂਜੀ ਤਾਂ ਕਦੋਂ ਸਟਾਰਟ ਕੀਤੀ ਸੀ ਸਰ ਇਹ ਜੋ ਮਿਸ਼ਨ ਲਾਲਕੀਰ ਹੈ ਫਿਲਹਾਲ ਹੋਣੀ ਜੀ 1 ਮਹੀਨੇ ਪਹਿਲਾਂ ਹੀ ਸ਼ੁਰੂ ਹੋਈ ਹੈ ਇਸ ਦੇ ਬਹੁਤ ਸਾਰੇ ਐਡਵਰਟਾਈਜ਼ਮੈਂਟ ਆਏ ਸੀ ਪੇਪਰ ਦੇ ਵਿੱਚ ਤੇ ਇਸ ਦਾ ਸਹੀ ਆਨਸਰ ਹੈ ਦੋਸਤੋ that is the 14 digit ਤਾਂ 14 ਡਿਜੀਟ ਦਾ ਇਹ ਨੰਬਰ ਹੋਏਗਾ ਜੀ ਠੀਕ ਹੈ ULPIN is the full form ਵੀ ਬੜਾ ਇੰਪੋਰਟੈਂਟ ਹੈ Unique Land Parcel Identification Number ਤਾਂ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਰੂਰਲ ਡਿਵੈਲਪਮੈਂਟ ਰੂਰਲ ਡਿਵੈਲਪਮੈਂਟ ਤਾਂ ਦੋਸਤੋ ਜਲਦੀ ਨਾਲ ਦੱਸੋ ਸਾਡੇ ਰੂਰਲ ਡਿਵੈਲਪਮੈਂਟ ਮਨਿਸਟਰ ਕੌਣ ਨੇ

ਇਨਸਟਾਲ ਰੱਖਣਾ ਚਾਹੁੰਦੀ ਹੈ ਤਾਂ ਡੀਆਈਐਲ ਆਰਐਮਪੀ ਡਿਜੀਟਲ ਇੰਡੀਆ ਲੈਂਡ ਰਿਕਾਰਡ ਮੋਡਰਨਾਈਜੇਸ਼ਨ ਪ੍ਰੋਗਰਾਮ ਤਾਂ ਤੁਹਾਨੂੰ ਇਸ ਦਾ ਵੀ ਫੁੱਲ ਫਾਰਮ ਦੋਸਤੋ ਦੇਖਣਾ ਪਏਗਾ ਅਤੇ ਨਾਲ ਹੀ ਨਾਲ ਜੋ ਯੂਐਲਪੀਆਈਐਨ ਹੈ ਯੂਨੀਕ ਲੈਂਡ ਪਾਰਸਲ ਆਈਡੈਂਟੀਫਿਕੇਸ਼ਨ ਨੰਬਰ ਇਸ ਦਾ ਵੀ ਤਾਂ ਉਹਨਾਂ ਸਾਰੇ ਵਿਦਿਆਰਥੀਆਂ ਲਈ ਜੋ ਹਮੇਸ਼ਾ ਮੈਨੂੰ ਮੈਸੇਜ ਕਰਦੇ ਨੇ ਕਿ ਸਰ ਪੰਜਾਬੀ ਵਿੱਚ ਜ਼ਰੂਰ ਦਿਆ ਕਰੋ ਮਟੀਰੀਅਲ ਦੋਸਤੋ ਪੰਜਾਬੀ ਜਿੰਨਾ ਕੁ ਹੋ ਸਕਦਾ ਅਸੀਂ ਦਿੰਨੇ ਆ ਲੇਕਿਨ ਦੋਸਤੋ ਕੁਝ ਚੀਜ਼ਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਯਾਦ ਰੱਖਣੀਆਂ ਪੈਣਗੀਆਂ ਜਿਨ੍ਹਾਂ ਵਿੱਚੋਂ ਇੱਕ ਇਹ ਵੀ ਹੈ ਯੂਐਲਪੀਆਈਐਨ ਜਾਂ ਫਿਰ ਡ ਯਾਦ ਵੀ ਹੋ ਜੇਗੀ ਦੋਸਤੋ ਠੀਕ ਹੈ ਤਾਂ ਮਿਸ਼ਨ ਲਾਲਕੀਰ ਜਾਂ ਸੋਮਿਤਵ ਦੇ ਅੰਡਰ ਯੂਲਪੀਆਈ ਨੰਬਰ ਹੈ ਹੁਣ ਦਿੱਤੇ ਜਾਣਗੇ ਅਤੇ ਮਕਸਦ ਹੈ ਅਗਲੇ ਸਾਲ ਮਾਰਚ 2022 ਤੱਕ ਕੇਸ ਨੂੰ ਕੰਪਲੀਟ ਕਰਨ ਦਾ ਦੋਸਤੋ ਠੀਕ ਹੈ ਜੀ ਤਾਂ ਆਪਾਂ ਅਗਲੇ ਪ੍ਰਸ਼ਨ ਦੀ ਤਰਫ ਚੱਲਦੇ ਹਾਂ ਜੀ ਅਗਲਾ ਪ੍ਰਸ਼ਨ ਆਪਣਾ ਇੰਡੀਅਨ 에ਅਰ ਫੋਰਸ ਤੋਂ ਦੋਸਤੋ ਇੰਡੀਅਨ 에ਅਰ ਫੋਰਸ ਰੀਸੀਵਡ ਦਾ 4th ਬੈਚ ਆਫ 3 অর 4 ਫਾਈਟਰਸ 3 অর 4 ਫਾਈਟਰ ਜੈਟਸ ਫਰੋਮ ਫਰਾਂਸ ਤਾਂ ਦੋਸਤੋ ਤਿੰਨ ਜੋ ਆਪਾਂ ਜੋ ਫਾਈਟਰ ਜੈਟ ਹੈ ਉਹਨਾਂ ਤੋਂ ਲੈ ਚੁੱਕੇ ਹਾਂ ਠੀਕ ਹੈ ਇੰਡੀਅਨ 에ਅਰ ਫੋਰਸ ਹੈ ਟੋਟਲੀ ਹਾਊ ਮੈਨੀ ਰਫਾਲ ਜੈਟਸ ਫॉर ਆਰਡਰਡ ਬਾਈ ਇੰਡੀਆ ਤਾਂ ਦੋਸਤੋ ਤੁਹਾਨੂੰ ਪਤਾ ਹੈ ਕਿ ਜੋ ਫਰਾਂਸ ਹੈ ਫਰਾਂਸ ਦੀ ਕੰਪਨੀ ਹੈ ਜੋ ਰਫਾਲ ਉਸ ਤੋਂ ਆਪਣਾ ਇਹ ਜੋ ਫਾਈਟਰ ਜੈਟ ਪਲੇਨ ਹੈ ਆਪਾਂ ਕੰਟਰੈਕਟ ਕੀਤਾ ਸੀ ਤਿੰਨ ਜੋ ਪਲੇਨ ਹੈ ਲੈ ਚੁੱਕੇ ਆ ਅਤੇ ਟੋਟਲ ਅਸੀਂ ਇਹ ਜੋ ਰਫਾਲ ਫਾਈਟਰ ਪਲੇਨਸ ਹੈ ਕਿੰਨੇ ਲੈਣ ਦਾ ਜੋ ਹੈ ਦੋਸਤੋ ਐਗਰੀਮੈਂਟ ਕੀਤਾ ਹੋਇਆ ਹੈ ਠੀਕ ਹੈ ਇਸ ਦਾ ਜਲਦੀ ਤੋਂ ਜਲਦੀ ਮੈਨੂੰ ਆਨਸਰ ਦੋਸਤੋ ਦੋ ਦੋ ਦੇ ਦਿਵੋ ਠੀਕ ਹੈ ਤਾਂ ਇੱਥੇ ਮੈਂ ਆਲਰੇਡੀ ਦੱਸ ਦਿੱਤਾ ਹੈ ਕਿ ਜੋ ਰਫਾਲ ਹੈ ਇਹ ਜੋ ਕੰਪਨੀ ਹੈ ਕਿੱਥੋਂ ਦੀ ਹੈ ਦੋਸਤੋ ਫਰਾਂਸ ਦੀ ਕੰਪਨੀ ਹੈ ਜੋ ਫ ਪਤਾ ਹੈ 2019 ਦੇ ਜੋ ਇਲੈਕਸ਼ਨ ਤੋਂ ਪਹਿਲਾਂ ਕਾਫੀ ਵਿਵਾਦ ਦੇ ਵਿੱਚ ਸੀ ਇਹ ਜੋ ਸਮਝੌਤਾ ਸੀ ਦੋਸਤੋ ਕਿਹਾ ਗਿਆ ਸੀ ਕਿਉਂਕਿ ਇਸ ਦੇ ਵਿੱਚ ਕਾਫੀ ਜੋ ਫਾਈਟਰ ਪਲੇਨਸ ਨੇ ਹਿੰਦੁਸਤਾਨ ਦੇ ਵਿੱਚ ਬਣਾਉਣ ਦੀ ਗੱਲ ਕੀਤੀ ਸੀ 36 ਤੋਂ ਬਾਅਦ ਜੋ ਬਣ ਗਏ ਤਾਂ ਉਹ ਜੋ ਕੰਟਰੈਕਟ ਸੀ ਕਿਹਾ ਜਾਂਦਾ ਸੀ ਕਿ ਉਸ ਦਾ ਜੋ ਕੰਟਰੈਕਟ ਹੈ ਜੋ ਅਨਿਲ ਅਬਾਣੀ ਦੀ ਜੋ 10 ਦਿਨ ਪਹਿਲਾਂ ਬਣੀ ਕੰਪਨੀ ਨੂੰ ਦੇ ਦਿੱਤਾ ਗਿਆ ਸੀ ਜਿਸ ਕਰਕੇ ਵਿਵਾਦ ਦੇ ਵਿੱਚ ਸੀ ਕਾਫੀ ਜੋ ਮੁੱਦਾ ਦੋਸਤੋ ਠੀਕ ਹੈ ਤਾਂ ਦੋਸਤੋ ਇਸ ਕੁਸ਼ਨ ਦੇ ਨਾਲ-ਨਾਲ ਜਲਦੀ ਨਾਲ ਮੈਨੂੰ ਇਹ ਵੀ ਦੱਸ ਦਿਵੋ ਕਿ ਇੰਡੀਅਨ 에ਅਰ ਫੋਰਸ ਦੇ ਕਦੋਂ ਹੁੰਦਾ ਹੈ ਦੂਜਾ ਪ੍ਰਸ਼ਨ ਦੋਸਤੋ ਇੰਡੀਅਨ 에ਅਰ ਫੋਰਸ ਦੇ ਜੋ ਐਡਮਿਰਲ ਸੋਰੀ ਇਸ ਟਾਈਮ 에ਅਰ ਚੀਫ ਮਾਰਸ਼ਲ ਕੌਣ ਨੇ ਦੋਸਤੋ ਠੀਕ ਹੈ ਇਹ ਦੋ ਪ੍ਰਸ਼ਨਾਂ ਦਾ ਉੱਤਰ ਮੈਨੂੰ ਜਲਦੀ ਨਾਲ ਤੁਸੀਂ ਦੇ ਦਿਵੋ ਤੀਜਾ ਦੋਸਤੋ ਮੈਨੂੰ ਇਹ ਵੀ ਦੱਸ ਦਿਵੋ ਕਿ ਜੋ ਇੰਡੀਅਨ ਨੇਵੀ ਦਾ ਇੰਡੀਆ ਅਤੇ ਯੂਐਸ ਦੀ ਇੰਡੀਅਨ ਨੇਵੀ ਦੀ ਜੋ ਰੀਸੈਂਟਲੀ ਇੱਕ ਇੱਕ ਜੁਆਇੰਟ ਐਕਸਰਸਾਈਜ਼ ਹੋਈ ਸੀ ਜਿਸ ਦਾ ਨਾਮ ਸੀ ਪੈਸਕਸ ਇਹ ਕਿੱਥੇ ਹੋਈ ਸੀ ਪਿਛਲੇ ਹਫਤੇ ਦਾ ਕਰੰਟ ਅਫੇਅਰ ਸੀ ਦਿਨ ਪ੍ਰਸ਼ਨ ਦਾ ਉੱਤਰ ਜਲਦੀ ਨਾਲ ਦੇ ਦਿਵੋ ਮੈਂ ਇਸ ਪ੍ਰਸ਼ਨ ਦਾ ਉੱਤਰ ਜੋ ਬੋਸਤੋ ਜਲਦੀ ਨਾਲ ਦੇ ਰਹੇ ਹਾਂ ਤੁਹਾਨੂੰ ਥੈਟ ਇਜ਼ ਦਾ ਆਨਸਰ ਇਜ਼ 36 ਕਾਫੀ ਬੱਚਾ ਨੇ ਇਸ ਦਾ ਆਨਸਰ ਹੈ ਦੇਵੀ ਦਿੱਤਾ ਤਾਂ ਫਰਾਂਸ ਤੋਂ ਅਸੀਂ 36 ਫਾਈਟਰ ਜੈਟਸ ਦੀ ਜੋ ਸਮਝੌਤਾ ਕੀਤਾ ਹੈ ਦੋਸਤੋ ਜਿੰਨਾਂ ਦਾ ਜੋ ਟੋਟਲ ਜੋ ਕੋਸਟ ਹੋਏਗੀ ਲਗਭਗ ਹੋਏਗੀ 59000 ਕਰੋੜ ਦੋਸਤੋ ਤਾਂ ਦੋਸਤੋ ਇਹ ਜੋ ਜਹਾਜ਼ ਕੰਪਨੀ ਹੈ ਦੋਸਤੋ ਜੋ ਇਹ ਬਣਾ ਰਹੀ ਹੈ ਥੈਟ ਇਜ਼ ਦਾ ਦਸੋਲਟ ਜੋ ਕਿ ਜੋ ਕੰਪਨੀ ਕਿੱਥੋਂ ਦੀ ਹੈ ਜੋ ਕਿ ਫਰਾਂਸ ਦੀ ਕੰਪਨੀ ਹੈ ਡਿਸੋਲਡ ਐਵੀਏਸ਼ਨ ਦੋਸਤੋ ਤਾਂ ਦੋਸਤੋ ਤਿੰਨ ਪ੍ਰਸ਼ਨ ਪੁੱਛੇ ਸੀ ਤੁਹਾਡੇ ਤੋਂ ਪਹਿਲਾ ਪ੍ਰਸ਼ਨ ਸੀ ਇੰਡੀਅਨ 에ਅਰ ਫੋਰਸ ਦੇ ਕਦੋਂ ਹੁੰਦਾ ਹੈ ਉਹ ਹੁੰਦਾ ਹੈ 8 ਅਕਤੂਬਰ ਨੂੰ 1932 ਦੇ ਵਿੱਚ 8 ਅਕਤੂਬਰ ਨੂੰ ਇੰਡੀਅਨ 에ਅਰ ਫੋਰਸ ਜੋ ਉਸ ਟਾਈਮ ਕਿਉਂਕਿ ਅੰਗਰੇਜ਼ਾਂ ਦੇ ਤਹਿਤ ਸੀ ਤਾਂ ਰਾਇਲ ਇੰਡੀਅਨ 에ਅਰ ਫੋਰਸ ਬੋਲਦੀ ਸੀ ਉਸ ਨੂੰ ਤਾਂ ਉਸ ਦਾ ਜੋ ਹੈ ਦੋਸਤੋ ਗਠਨ ਹੋਇਆ ਸੀ ਇਸ ਤੋਂ ਇਲਾਵਾ ਦੋਸਤੋ 에ਅਰ ਚੀਫ ਮਾਰਸ਼ਲ ਵੀ ਕਿਸੇ ਬੱਚੇ ਨੇ ਹਜੇ ਦੱਸਿਆ ਹੈ ਕਰਮਬੀਰ ਸਿੰਘ ਕਹਿ ਰਹੇ ਨੇ ਕੁਝ ਕਿਉਂਕਿ ਕਰਮਬੀਰ ਸਿੰਘ ਤੁਹਾਨੂੰ ਪਤਾ ਹੈ ਐਡਮiral ਨੇ ਤਾਂ ਹਜੇ ਤੱਕ ਮੈਨੂੰ ਦੱਸਿਆ ਨਹੀਂ ਕਿਸੇ ਨੇ ਠੀਕ ਹੈ ਜੀ ਅਤੇ ਦੋਸਤੋ 에ਅਰ ਫੋਰਸ 에ਅਰ ਚੀਫ ਮਾਰਸ਼ਲ ਜਲਦੀ ਨਾਲ ਦੱਸੋ ਵਿਪਨ 라ਵਤ ਵੀ ਗਲਤ ਹੈ ਬੱਚੇ ਕਈ ਆਨਸਰ ਦੇ ਰਹੇ ਨੇ ਤੀਜਾ ਜੋ ਪ੍ਰਸ਼ਨ ਪੁੱਛਿਆ ਸੀ ਕਿ ਇਹ ਜੋ ਪੈਸੈਕਸ ਨਾਮ ਦੀ ਐਕਸਰਸਾਈਜ਼ ਹੈ ਉਹ ਕਿੱਥੇ ਹੋਈ ਸੀ ਉਹ ਦੋਸਤੋ ਨੇਵੀ ਦੀ ਜੋ ਐਕਸਰਸਾਈਜ਼ ਹੋਈ ਸੀ ਬੇ ਆਫ ਬੰਗਾਲ ਦੇ ਵਿੱਚ ਹੋਈ ਸੀ ਕੁਝ ਬੱਚੇ ਹਿਮਾਚਲ ਪ੍ਰਦੇਸ਼ ਆਨਸਰ ਦੇ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਨੇਵੀ ਦੀ ਐਕਸਰਸਾਈਜ਼ ਕਿਵੇਂ ਹੋ ਸਕਦੀ ਹੈ ਤੁਸੀਂ ਬਿਲਕੁਲ ਕਾਮਨ ਸੈਂਸ ਲਾ ਕੇ ਦੇਖੋ ਜਿੰਨਾ ਬੱਚਾ ਨੇ ਹਿਮਾਚਲ ਪ੍ਰਦੇਸ਼ ਲਿਖਿਆ ਬੇ ਆਫ ਬੰਗਾਲ ਅਤੇ ਬਿਲਕੁਲ ਠੀਕ ਦਮਨ ਜੀ ਆਰ ਕੇ ਬਧੂਰੀਆ ਇਜ਼ ਦਾ 에ਅਰ ਚੀਫ ਮਾਰ Indian Air Force दोस्तों बहुत सही आंसर रहता है जी अपन अगले प्रश्न की तरफ चल दे हैं जी अगला प्रश्न है दोस्तों साडा NPCI ਤੋਂ ਜੁੜਿਆ ਹੋਇਆ ਨੇਮ ਦਾ ਨਿਊਲੀ ਫਾਰਮਡ ਕੰਪਨੀ ਅਸੀਂ ਇੱਕ ਨਵੀਂ ਜੋ ਕੰਪਨੀ ਦਾ ਜੋ ਗਠਨ ਹੋਇਆ ਹੈ ਉਸ ਬਾਰੇ ਹੈ ਦੋਸਤੋ ਦੱਸਣਾ ਹੈ ਹੁਣ ਇਹ ਜੋ ਨਿਊਲੀ ਜੋ ਕੰਪਨੀ ਬਣੀ ਹੈ ਹੋਲੀ ਆਨ ਸਬਸਿਡਰੀ ਆਫ NPCI ਠੀਕ ਹੈ ਤਾਂ ਦੋਸਤੋ ਉਸ ਨਵੀਂ ਕੰਪਨੀ ਦਾ ਨਾਮ ਦੱਸਣਾ ਹੈ ਜੋ ਕਿ ਪੂਰੀ ਤਰ੍ਹਾਂ ਹੈ ਦੋਸਤੋ ਬਣਾਈ ਗਈ ਹੈ NPCI ਦੁਆਰਾ ਦੋਸਤੋ ਹੁਣ ਦੋਸਤੋ NPCI ਕੀ ਹੈ ਠੀਕੇ ਤਾਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਜਿਵੇਂ ਦੋਸਤੋ ਇਸਨੇ ਜੋ ਨਵੀਂ ਕੰਪਨੀ ਬਣਾਈ ਹੈ ਜਿਸ ਦਾ ਅਸੀਂ ਨਾਮ ਦੱਸਣਾ ਹੈ ਦੋਸਤੋ ਉਸੇ ਤਰ੍ਹਾਂ ਇਹ ਜੋ ਐਨਪੀਸੀਆਈ ਹੈ ਇਹ ਆਰਬੀ ਦੁਆਰਾ ਬਣਾਈ ਗਈ ਹੈ ਆਰਬੀ ਦੁਆਰਾ ਇਸ ਦਾ ਫੁੱਲ ਫਾਰਮ ਆਲਰੇਡੀ ਤੁਸੀਂ ਪੜ ਚੁੱਕੇ ਹੋ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੋਸਤੋ ਇਸ ਦਾ ਜੋ ਮੁੱਖ ਮੰਤਵ ਹੈ ਉਹ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਡਿਜੀਟਲ ਪੇਮੈਂਟਸ ਹੁੰਦੀਆਂ ਨੇ ਉਹਨਾਂ ਸਾਰਿਆਂ ਦਾ ਜੋ ਰੈਗੂਲੇਟਰ ਹੈ ਉਹਨਾਂ ਸਾਰਿਆਂ ਦਾ ਜੋ ਰਿਕਾਰਡ ਰੱਖਦਾ ਹੈ ਉਹ ਐਨਪੀਸੀਆਈ ਰੱਖਦਾ ਹੈ ਦੋਸਤੋ ਤੁਸੀਂ ਚਾਹੇ Paytm ਤੋਂ ਕੁਝ ਕਰ ਰਹੇ ਹੋ ਤੁਸੀਂ Google Pay ਤੋਂ ਕਰ ਰਹੇ ਹੋ ਤੁਸੀਂ ਇੰਟਰਨੈਟ ਬੈਂਕਿੰਗ ਤੋਂ ਜੋ ਵੀ ਡਿਜੀਟਲ ਪੇਮੈਂਟ ਹੋਏਗੀ ਦੋਸਤੋ ਉਸ ਦਾ ਜੋ ਵਾਲੀ ਵਾਰਿਸ ਹੈ ਠੀਕ ਹੈ ਉਹ ਕੌਣ ਹੋਏਗਾ ਉਸ ਦਾ ਰੈਗੂਲੇਟਰ ਕੌਣ ਹੋਏਗਾ NPCI ਹੋਏਗਾ ਹੁਣ ਇਸ ਨੇ ਆਪਣਾ ਕੰਮ ਥੋੜਾ ਦੋਸਤੋ ਟਰਾਂਸਫਰ ਕਰ ਦਿੱਤਾ ਹੈ ਇੱਕ ਹੋਰ ਕੰਪਨੀ ਨੂੰ NPCI ਨੇ ਇਹ ਜੋ ਕੰਮ ਹੈ ਜੋ ਇੰਟਰਨੈਟ ਦੇ थ्रू ਜਾਂ ਡਿਜੀਟਲ ਬੈਂਕਿੰਗ ਦੇ थ्रू ਜੋ ਲੋਕ ਟਰਾਂਜੈਕਸ਼ਨਸ ਕਰਦੇ ਨੇ ਇਹ ਕੰਮ ਇਸ ਨੇ ਇੱਕ ਨਵੀਂ ਕੰਪਨੀ ਬਣਾ ਕੇ ਉਸ ਨੂੰ ਸੌਂਪ ਦਿੱਤਾ ਹੈ ਤਾਂ ਅਸੀਂ ਉਸ ਨਵੀਂ ਕੰਪਨੀ ਦਾ ਨਾਮ ਦੱਸਣਾ ਹੈ ਦੋਸਤੋ NPCI ਅਧਾਰ ਏਨੇਬਲਡ ਪੇਮੈਂਟ ਸਿਸਟਮ NPCI ਭਾਰਤ ਬ

ਭੀਮ ਆਪ ਐਪ ਹੈ ਇਹ ਗਵਰਨਮੈਂਟ ਦੀ ਐਪ ਹੈ ਜਿਸ ਦੇ ਰਾਹੀਂ ਅਸੀਂ ਇਹ ਆਪਣੇ ਟ੍ਰਾਂਜੈਕਸ਼ਨ ਕਰ ਸਕਦੇ ਹਾਂ ਇੱਥੇ ਜੇ ਕਿਸੇ ਸਟੂਡੈਂਟ ਨੂੰ ਭੀਮ ਦਾ ਫੁੱਲ ਫਾਰਮ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸੇ ਜਲਦੀ ਨਾਲ ਭੀਮ ਦਾ ਫੁੱਲ ਫਾਰਮ ਕਿਉਂਕਿ ਗਵਰਨਮੈਂਟ ਦੀ ਐਪ ਹੈ ਤਾਂ ਇਸ ਲਈ ਇੰਪੋਰਟੈਂਟ ਹੋ ਜਾਂਦਾ ਹੈ ਠੀਕ ਹੈ ਤਾਂ ਦੋਸਤੋ ਗਵਰਨਮੈਂਟ ਦੀ ਐਪ ਹੈ ਇਸ ਲਈ ਬਹੁਤ ਇੰਪੋਰਟੈਂਟ ਹੋ ਜਾਂਦਾ ਤੇ ਐਨਪੀਸੀਆਈ ਨੇ ਜੋ ਨਵੀਂ ਕੰਪਨੀ ਬਣਾਈ ਹੈ ਉਸ ਦਾ ਨਾਮ ਹੈ ਦੋਸਤੋ ਐਨਪੀਸੀਆਈ ਭਾਰਤ ਬਿਲ ਪੇ ਲਿਮਟਡ ਠੀਕ ਹੈ ਜੀ ਤਾਂ NPCI ਭਾਰਤ ਬਿਲ ਪੇ ਲਿਮਟਿਡ ਹੈ ਜਿਸ ਨੂੰ ਇਹ ਸਾਰਾ ਦਾ ਸਾਰਾ ਕੰਮ ਹੈ ਦੋਸਤੋ ਬਣਾ ਦਿੱਤਾ ਗਿਆ ਐਂਡ ਇਟ ਹੈਜ਼ ਅ ਪੇ ਕੈਪਟਲ ਆਫ 5 ਲੱਖ ਐਂਡ ਸ਼ੇਅਰ ਕੈਪਟਲ ਆਫ 1 ਕਰੋੜ ਰੁਪੀਆ ਤਾਂ ਦੋਸਤੋ ਇਹ ਜੋ NPCI ਹੈ ਜਾਂ RBI ਨਾਲ ਜੁੜੀ ਜੋ ਵੀ ਨਵੀਆਂ ਜੋ ਖਬਰਾਂ ਹੋਣ ਜਾਂ ਨਵੀਆਂ ਕੰਪਨੀਆਂ ਹੋਣ ਉਹਨਾਂ ਬਾਰੇ ਜਾਣਣਾ ਬੜਾ ਇੰਪੋਰਟੈਂਟ ਹੁੰਦਾ ਹੈ ਇੱਥੇ ਦੋਸਤੋ ਜਦੋਂ RBI ਦੀ ਗੱਲ ਚੱਲ ਰਹੀ ਹੈ ਤੇ ਮੈਂ ਜ਼ਿਕਰ ਕਰੂੰਗਾ ਲਾਸਟ ਵੀਕ ਦਾ ਜਦੋਂ RBI ਨੇ ਸਾਡੇ ਇੱਕ ਨਵਾਂ ਸਰਕੂਲਰ ਕੀਤਾ ਸੀ ਜਿਹਦੇ ਵਿੱਚ ਜੋ ਸਾਡੇ ਸੇਵਿੰਗ ਅਕਾਊਂਟ ਹੈ ਸਾਡਾ ਜੋ ਸੁਕਨਿਆ ਸਮਰਿਤੀ ਅਕਾਊਂਟ ਹੈ ਸਾਡੇ ਜੋ PF ਅਕਾਊਂਟਸ ਨੇ ਜਾਂ ਫਿਰ ਸਾਡੇ ਡਾਕ ਖਾਨੇ ਦੇ ਵਿੱਚ ਸੇਵਿੰਗ ਅਕਾਊਂਟ ਨੇ ਉਹਨਾਂ ਦਾ ਜੋ ਇੰਟਰਸਟ ਰੇਟ ਘਟਾ ਦਿੱਤਾ ਸੀ ਲੇਕਿਨ ਬਾਅਦ ਦੇ ਵਿੱਚ ਮਿਨਿਸਟਰੀ ਆਫ ਫਾਈਨਾਂਸ ਨੇ ਉਹ ਸਾਰਾ ਜੋ ਸਰਕੂਲਰ ਹੈ ਵਾਪਸ ਲੈ ਲਿਆ ਸੀ ਅਤੇ ਉਹਨੇ ਹੀ ਇੰਟਰਸਟ ਰੇਟ ਨੂੰ ਬਰਕਰਾਰ ਰੱਖਣ ਦਾ फैसला किया थी दोस्तो, दोस्तों ठीक है तो दोस्तों एन पी सी दोस्तों भीम का फुल फॉर्म भारत इंटरफेस फॉर मनी आशिमा गोयल वेरी गुड आशिमा ठीक है यू आर ए न्यू स्टूडेंट फिर भी बहुत चंगा आंसर दता ठीक है भारत इंटरफेस फॉर मनी है इसका फुल फॉर्म है क्योंकि काफी तीन साल हो गए ने इस कंपनी बने हुए भीम ऐप बने हुए तो हम काफी पुराने हो चुके लेकिन काफी बच्चों ने इसका सही आंसर है दिता है ठीक है जी देन कम टू द नैक्स क्वेश्चन नैक्ट क्वेश्चन इज ऑलरेडी दोस्तों इट इज ऑल अबाउट दादा साहब फॉलके अवार्ड ਦੋਸਤੋ ਇੰਡੀਅਨ ਇੰਡਸਟਰੀ ਦਾ ਇੰਡੀਅਨ ਸਿਨੇਮਾ ਦਾ ਜੋ ਸਭ ਤੋਂ ਵੱਡਾ ਅਵਾਰਡ ਹੈ 댓 ਇਜ਼ ਦਾ ਦਾਦਾ ਸਾਹਿਬ ਫੌਲਕੇ ਅਵਾਰਡ ਜਾਂ ਤੁਸੀਂ ਕਹਿ ਲੋ ਫਾਦਰ ਆਫ ਇੰਡੀਅਨ ਸਿਨੇਮਾ ਠੀਕ ਹੈ ਫਾਦਰ ਆਫ ਦਾ ਇੰਡੀਅਨ ਸਿਨੇਮਾ ਕਿਹਨਾਂ ਨੂੰ ਕਿਹਾ ਜਾਂਦਾ ਹੈ ਉਹ ਕਿਹਾ ਜਾਂਦਾ ਹੈ ਦਾਦਾ ਸਾਹਿਬ ਫੌਲਕੇ ਨੂੰ ਠੀਕ ਹੈ ਕਿਉਂਕਿ ਦਾਦਾ ਸਾਹਿਬ ਫੌਲਕੇ ਨੇ ਦੋਸਤੋ ਬਾਲੀਵੁੱਡ ਦੀ ਜਾਂ ਕਹੋ ਇੰਡੀਆ ਦੀ ਸਭ ਤੋਂ ਪਹਿਲੀ ਜੋ ਮੂਵੀ ਸੀ ਉਹ ਡਾਇਰੈਕਟ ਕੀਤੀ ਸੀ ਜੋ ਕਿ 1913 ਦੇ ਵਿੱਚ ਹੈ ਦੋਸਤੋ ਰਿਲੀਜ਼ ਹੋਈ ਸੀ ਜੇ ਤੁਹਾਨੂੰ ਇਸ ਦਾ ਨਾਮ ਪਤਾ ਹੈ ਤਾਂ ਮੈਨੂੰ ਨਾਮ ਵੀ ਜਲਦੀ ਨਾਲ ਦੱਸੋ ਦੋਸਤੋ ਸਭ ਤੋਂ ਪਹਿਲੀ ਮੂਵੀ ਜਿਸ ਦੇ ਵਿੱਚ ਬੋਲਿਆ ਨਹੀਂ ਜਾਂਦਾ ਸੀ ਸਿਰਫ ਸਿਰਫ ਵਾਇਸਲੈਸ ਮੂਵੀ ਸੀ ਠੀਕ ਹੈ ਇਟ ਵਾਸ ਡਾਇਰੈਕਟਡ ਬਾਈ ਦਾਦਾ ਸਾਹਬ ਫੋਲਕੇ ਥੈਟਸ ਵਾਈ ਇਸੇ ਕਰਕੇ ਇਹਨਾਂ ਨੂੰ ਦਾਦਾ ਸਾਹਬ ਫੋਲਕੇ ਨੂੰ ਫਾਦਰ ਆਫ ਇੰਡੀਅਨ ਸਿਨੇਮਾ ਵੀ ਕਿਹਾ ਜਾਂਦਾ ਹੈ ਜੀ ਠੀਕ ਹੈ ਜੀ ਤਾਂ ਜੀ ਫਿਰ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਕਿ ਇਹ ਸਾਲ 51 ਦਾਦਾ ਸਾਹਬ ਫੋਲਕੇ ਬੜੇ ਦੋਸਤੋ ਉਹ ਕਿਨਾਂ ਨੂੰ ਮਿਲਿਆ ਹੈ ਦੋਸਤੋ ਫॉर द ਨੋਟੇਬਲ ਕੰਟਰੀਬਿਊਸ਼ਨ ਟੂ ਫਿਲਮ ਇੰ ਹੈ ਮਮੂਥੀ ਨੂੰ ਠੀਕ ਹੈ ਮਮੂਥੀ ਕਮਲ ਹਸਨ ਇਲਾ ਰਾਜਾ ਮੋਹਨ ਲਾਲ ਜਾਂ ਰਜਨੀਕਾਂ ਦੋਸਤੋ ਠੀਕ ਹੈ ਤਾਂ ਕਾਫੀ ਜੋ ਬੱਚੇ ਨੇ ਆਨਸਰ ਦੇ ਰਹੇ ਨੇ ਕੁਝ ਗਲਤ ਦੇ ਰਹੇ ਨੇ ਕੁਝ ਠੀਕ ਦੇ ਰਹੇ ਨੇ ਠੀਕ ਹੈ ਲੇਕਿਨ ਉਸ ਤੋਂ ਪਹਿਲਾਂ ਜਲਦੀ ਨਾਲ ਦੋਸਤੋ ਜੋ ਆਪਾਂ ਪ੍ਰਸ਼ਨ ਕੀਤਾ ਸੀ 1913 ਦੇ ਵਿੱਚ ਪਹਿਲੀ ਮੂਵੀ ਜੋ ਦੋਸਤੋ ਆਈ ਸੀ ਉਸ ਦਾ ਨਾਮ ਸੀ ਆਲਮ ਆਰਾ ਤਾਂ ਦੋਸਤੋ ਆਲਮ ਆਰਾ ਇਟ ਵਾ ਇਟ ਵਾਸ ਰਿਲੀਜ਼ਡ ਇਨ 1913 ਤਾਂ ਦੋਸਤੋ ਇਟ ਵਾਸ ਡਾਇਰੈਕਟਡ ਬਾਈ ਦਾਦਾ ਸਾਹ ਫੌਲਕ ਦੇ ਦੁਆਰਾ ਡਾਇਰੈਕਟਡ ਸੀ ਇਸੇ ਕਰਕੇ ਅਸੀਂ ਇਹਨਾਂ ਨੂੰ ਭਾਰਤੀ ਸਿਨੇਮਾ ਦਾ ਜੋ ਫਾਦਰ ਵੀ ਬੋਲਦੇ ਹਾਂ ਦੋਸਤੋ ਜਿਵੇਂ ਜਿਸ ਤਰ੍ਹਾਂ ਦੋਸਤੋ ਅਸੀਂ ਪਿਛਲੇ ਹਫਤੇ ਪ੍ਰਸ਼ਨ ਕੀਤਾ ਸੀ ਕਿ ਰਾਸ਼ਟਰੀ ਦੀ ਗੱਲ ਕਰੀਏ ਜਿਵੇਂ ਰਾਸ਼ਟਰਪਿਤਾ ਹਿੰਦੁਸਤਾਨ ਦੇ ਵਿੱਚ ਅਸੀਂ ਮਹਾਤਮਾ ਗਾਂਧੀ ਜੀ ਨੂੰ ਬੋਲਦੇ ਹਾਂ ਜਲਦੀ ਨਾਲ ਮੈਨੂੰ ਇਹਦਾ ਵੀ ਅਨਸਰ ਦਿਓ ਕਿ ਬੰਗਲਾਦੇਸ਼ ਦੇ ਵਿੱਚ ਰਾਸ਼ਟਰਪਿਤਾ ਕਿਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੀ 100ਵੀਂ ਜੋ ਬਰਥ ਅਨਿਵਰਸਰੀ ਹੈ ਚੱਲ ਰਹੀ ਹੈ ਦੋਸਤੋ ਇਸ ਸਾਲ ਜਲਦੀ ਦੋਸਤੋ ਇਸ ਸਾਲ ਦਾ ਜੋ ਜੋ ਦਾਦਾ ਸਾਹ ਫੌਲਕ ਅਵਾਰਡ ਹੈ 1 ਅਪ੍ਰੈਲ ਨੂੰ ਹੈ ਦੋਸਤੋ ਜੋ ਸਾਡੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਹੈ ਜਿਸ ਦੇ ਮਿਨਿਸਟਰ ਨੇ ਪ੍ਰਕਾਸ਼ ਜਾਵਿਦਕਰ ਠੀਕ ਹੈ ਜੀ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਮਿਸਟਰ ਨੇ ਅਨਾਉਂਸ ਕੀਤਾ ਹੈ ਕਿ ਰਜਨੀਕਾਂਤ ਵਿਲ ਬੀ ਆਨਰਡ ਵਿਦ 51 ਦੋਸਤੋ ਇਹ ਵੀ ਯਾਦ ਕਰਨੇ 51ਵਾਂ ਜੋ ਦਾਦਾ ਸਾਹ ਅਵਾਰਡ ਹੈ ਜੋ ਕਿ 2019 ਲਈ ਹੈ ਦੋਸਤੋ ਦਿੱਤਾ ਜਾਏਗਾ ਉਹ ਦਿੱਤਾ ਜਾਏਗਾ ਰਜਨੀਕਾਂਤ ਨੂੰ ਉਹਨਾਂ ਦੇ ਕੰਟਰੀਬਿਊਸ਼ਨ ਲਈ ਹੀ ਰਿਸਿਵ ਪਦਮ ਵਿਭੂਸ਼ਣ ਉਹਨਾਂ ਨੂੰ ਦੋਸਤੋ 2016 ਦੇ ਵਿੱਚ ਹਿੰਦੁਸਤਾਨ ਦਾ ਦੂਜ ਵਿ ਮਿਲਿਆ ਸੀ ਅਤੇ ਇਸ ਤੋਂ ਪਹਿਲਾਂ ਦੋਸਤੋ ਠੀਕ ਹੈ ਦਾਦਾ ਸਾਹ ਫੌਲ ਕੇ ਅਵਾਰਡ ਹੈ ਠੀਕ ਹੈ ਉਹ ਮਿਲਿਆ ਸੀ ਦੋਸਤੋ ਅਮਿਤਾਬ ਬਚਨ ਨੂੰ ਲੇਕਿਨ ਇਸ ਵਾਰ ਜੋ ਮਿਲ ਰਹੇ ਉਹ ਮਿਲ ਰਿਹਾ ਹੈ ਜੀ ਕਿਸ਼ਨੂ ਰਜਨੀ ਕਾਂਤ ਨੂੰ ਦੋਸਤੋ 2019 ਲਈ ਤਾਂ ਦੋਸਤੋ ਦਾਦਾ ਸਾਹ ਫੌਲ ਕੇ ਅਵਾਰਡ ਤਾਂ ਇਹ ਸਭ ਤੋਂ ਵੱਡਾ ਵਾਲਾ ਆਲਰੇਡੀ ਮੈਂ ਤੁਹਾਨੂੰ ਦੱਸ ਦਿੱਤਾ ਹੈ ਅਤੇ ਨਾਲ ਹੀ ਨਾਲ ਬੰਗਲਾਦੇਸ਼ ਤੇ ਜੋ ਪਿਤਾਮਾ ਕਿਹਾ ਜਾਂਦਾ ਦੋਸਤੋ ਉਹ ਕਿਹਾ ਜਾਂਦਾ ਹੈ ਸ਼ੇਖ ਮੁਜੀਬਰ ਰਹਿਮਾਨ ਨੂੰ ਵੈਰੀ ਗੁੱਡ ਸ਼ੇਖ ਮੁਜੀਬਰ रहमान ਠੀਕ ਹੈ ਜੀ ਤਾਂ ਜੀ ਵਾਹਿਗੁਰੂ ਜਿਨੇ ਲਿਖਿਆ ਹੈ ਜੀ ਉਹਨਾਂ ਦਾ ਨਾਮ ਵਾਹਿਗੁਰੂ ਜੀ ਦੇ ਨਾਮ ਨਾਲ ਹੈ ਅਤੇ ਦੇਖੋ ਸ਼ੇਖ ਸ਼ੀਨਾ ਦੇ ਉਹ ਫਾਦਰ ਨੇ ਜੋ ਪ੍ਰਾਈਮ ਮਿਨਿਸਟਰ ਨੇ ਫਿਲਹਾਲ ਬੰਗਲਾਦੇਸ਼ ਤੇ ਦੋਸਤੋ ਇਸ ਪ੍ਰਸ਼ਨ ਨਾਲ ਆਪਾਂ ਕਾਫੀ ਪ੍ਰਸ਼ਨ ਕਰ ਲਏ ਨੇ ਇਸ ਦੇ ਨਾਲ ਨਾਲ ਦੋਸਤੋ ਤੁਹਾਨੂੰ ਯਾਦ ਹੋਏਗਾ ਕਿ ਨੈਸ਼ਨਲ ਅਵਾਰਡਸ ਆਈ ਸੀ ਪਿੱਛੇ ਜੇ ਠੀਕ ਹੈ ਤਾਂ 67th ਨੈਸ਼ਨਲ ਅਵਾਰਡਸ ਜੋ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਮਿਨਿਸਟਰੀ ਨੇ ਰਿਲੀਜ਼ ਕੀਤੇ ਸੀ ਜਿਸ ਦੇ ਤਹਿਤ ਜੋ ਦੋਸਤੋ ਜਲਦੀ ਨਾਲ ਦੱਸੋ ਬੈਸਟ ਮੂਵੀ ਕਿਹੜੀ ਸੀ ਠੀਕ ਹੈ ਜਲਦੀ ਨਾਲ ਦੱਸਨੇ ਇਹ ਚਾਰ ਪ੍ਰਸ਼ਨਾਂ ਦੇ ਉੱਤਰ ਮੈਨੂੰ ਦੱਸੋ ਕਿ ਬੈਸਟ ਮੂਵੀ ਦੋਸਤੋ ਇਹ 67th ਨੈਸ਼ਨਲ ਅਵਾਰਡਸ ਜਿੰਨਾ ਦਾ ਜ਼ਿਕਰ ਆਪਾਂ 10 ਦਿਨ ਪਹਿਲਾਂ ਕੀਤਾ ਸੀ ਫਿਰ ਦੋਸਤੋ ਐਕਟਰ ਦੋਸਤੋ ਐਕਟ੍ਰੈਸ ਤੇ ਦੋਸਤੋ ਡਾਇਰੈਕਟਰ ਤਾਂ ਦੋਸਤੋ ਇਸ ਦਾ ਇੱਕ ਉੱਤਰ ਤਾਂ ਤੁਸੀਂ ਨਾਮ ਦੱਸੋ ਠੀਕ ਹੈ ਕਿਉਂਕਿ ਇਹ ਸਭ ਨੂੰ ਪਤਾ ਹੈ ਜੋ ਸਭ ਨੂੰ ਪਤਾ ਹੈ ਉਹ ਪੇਪਰ ਦੇ ਵਿੱਚ ਨਹੀਂ ਹੁੰਦਾ ਐਕਟ੍ਰੈਸ ਤਾਂ ਦੋਸਤੋ ਕੰਗਨਾ ਰਣਾਵਤ ਸੀ ਠੀਕ ਹੈ ਕਗਨਾ ਰਣਾਵਤ ਨੂੰ ਹੈ ਉਹਨਾਂ ਦੀਆਂ ਮੂਵੀਜ਼ ਲਈ ਮਿਲਿਆ ਸੀ ਤਾਂ ਤੁਸੀਂ ਮੈਨੂੰ ਜਲਦੀ ਨਾਲ ਮੂਵੀ ਐਕਟਰ ਐਂਡ ਜੋ ਦੋਸਤੋ ਡਾਇਰੈਕਟਰ ਦੱਸ ਦੋ ਕਿਉਂਕਿ ਜੋ ਹੀਰੋਇਨ ਦਾ ਅਵਾਰਡ ਸੀ ਉਹ ਤਾਂ ਕਗਨਾ ਰਣਾਵਤ ਨੂੰ ਮਿਲਿਆ ਸੀ ਤਾਂ ਦੋਸਤੋ ਜਲਦੀ ਨਾਲ ਹਾਂਜੀ ਤਾਂ ਰਜਨੀਕਾਂਤ ਤੇ ਧਨੁਸ਼ ਹਾਂਜੀ ਤਾਂ ਇੱਥੇ ਦੋਸਤੋ ਐਕਟਰ ਦੀ ਗੱਲ ਕਰੀਏ ਠੀਕ ਹੈ ਤਾਂ ਧਨੁਸ਼ ਤੇ ਮਨੋਜ ਵਾਜਪਾਈ ਨੂੰ ਅਵਾਰਡ ਮਿਲਿਆ ਸੀ ਠੀਕ ਹੈ ਮਨੋਜ ਵਾਜਪਾਈ ਠੀਕ ਹੈ ਧਨੁਸ਼ ਮਨੋਜ ਵਾਜਪਾਈ ਹਾਂਜੀ ਹੋਰ ਅ ਫੋਰ ਫੋਰ ਫਿਲਮ ਕੁਝ ਕੁਝ ਅੱਛਾ ਅੱਛੇ ਛੋਰੇ ਅਲੱਗ-ਅਲੱਗ ਪੰਜਾਬੀ ਦੇ ਵਿੱਚ ਲਿਖ ਰਹੇ ਨੇ ਥੱਪੜ ਮਨੋਜ ਵਾਜਪਾਈ ਪੰਗਾ ਹਾਂਜੀ ਡਾਇਰੈਕਟਰ ਮਨੋਜ ਹਾਂਜੀ ਹਜੇ ਵੀ ਬੱਚੇ ਮੈਨੂੰ ਮੂਵੀ ਦਾ ਨਾਮ ਸਹੀ ਦੱਸ ਨਹੀਂ ਪਾਏ ਨੇ ਠੀਕ ਹੈ ਤੇ ਦੋਸਤੋ ਜੋ ਡਾਇਰੈਕਟਰ ਦਾ ਨਾਮ ਵੀ ਨਹੀਂ ਦੱਸ ਪਾਏ ਨੇ ਲੇਕਿਨ ਜਲਦੀ ਨਾਲ ਦੋਸਤੋ ਦੇਖ ਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਂ ਚਾਹੁੰਦਾ ਕਿ ਹਰੇਕ ਸਟੂਡੈਂਟ ਐ ਕਮੈਂਟ ਬਾਕਸ ਦੇ ਵਿੱਚ ਲਿਖੇ ਠੀਕ ਹੈ ਜੀ ਲਾਸਟ ਵੀਕ ਦੇ ਹੀ ਆਪਣੇ ਇਹ ਕੁਐਸਚਨ ਸੀ ਦੋਸਤੋ ਉਹਨਾਂ ਦੇ ਵਿੱਚੋਂ ਤੁਸੀਂ ਇਸ ਨੂੰ ਦੇਖ ਸਕਦੇ ਹੋ ਠੀਕ ਹੈ ਜੀ ਹਾਂਜੀ ਮੂਵੀ ਥੱਪੜ ਓਕੇ ਜੀ ਚਲੋ ਕੋਈ ਨਹੀਂ ਦੋਸਤੋ ਮੈਨੂੰ ਤੁਸੀਂ ਦੱਸਣਾ ਹੈ ਮੂਵੀ ਦਾ ਅਤੇ ਡਾਇਰੈਕਟਰ ਦਾ ਨਾਮ ਜੀ ਠੀਕ ਹੈ ਮੈਂ ਇੰਤਜ਼ਾਰ ਕਰੂੰਗਾ ਆਫਟਰ ਕਲਾਸ ਮੈਂ ਦੋਸਤੋ ਕਮੈਂਟ ਬਾਕਸ ਜ਼ਰੂਰ ਦੇਖਣਾ ਕਿ ਕਿੰਨੇ ਬੱਚੇ ਉਸ ਦੇ ਵਿੱਚ ਆ ਕੇ ਆਨਸਰ ਦਿੰਦੇ ਨੇ ਤਾਂ ਕਮੈਂਡ ਬਾਕਸ ਵਿੱਚ ਜ਼ਰੂਰ ਆਪਣਾ ਜੋ ਆਨਸਰ ਹੈ ਦਿਆ ਕਰੋ ਜੀ ਠੀਕ ਹੈ ਆਪਾਂ ਅਗਗੇ ਵੱਧਦੇ ਹਾਂ ਜੀ ਅਗਲਾ ਜੋ ਪ੍ਰਸ਼ਨ ਹੈ ਠੀਕ ਹੈ ਉਹ ਹੈ ਦੋਸਤੋ ਹੂ ਵਾਸ ਅਪੋਇੰਟਡ ਐਸ ਦਾ ਬ੍ਰੈਂਡ ਐਮਬੈਸਡਰ ਆਫ ਦਾ ਜਨਰਲ ਇੰਸ਼ੋਰੈਂਸ ਕੰਪਨੀ ਡਿਜੀਟਲ ਇੰਸ਼ੋਰੈਂਸ ਠੀਕ ਹੈ ਤਾਂ ਦੋਸਤੋ ਡਿਜੀਟਲ ਇੰਸ਼ੋਰੈਂਸ ਦਾ ਨਵੇਂ ਬ੍ਰੈਂਡ ਐਮਬੈਸਡਰ ਕੌਣ ਨੇ ਤਾਂ ਇਹ ਜੋ ਕੰਪਨੀ ਦੋਸਤੋ ਜਨਰਲ ਇੰਸ਼ੋਰੈਂਸ ਹੈ ਇੱਥੇ ਪਹਿਲਾਂ ਮੈਂ ਇੱਕ ਕਲੀਅਰ ਕਰ ਦਾਂ ਦੋਸਤੋ ਇੱਕ ਹੁੰਦੀ ਹੈ ਲਾਈਫ ਇੰਸ਼ੋਰੈਂਸ ਇੱਕ ਹੁੰਦੀ ਹੈ ਜਨ ਲਾਈਫ ਇੰਸ਼ੋਰੈਂਸ ਦਾ ਮਤਲਬ ਦੋਸਤੋ ਜ਼ਿੰਦਗੀ ਨਾਲ ਹੈ ਮੇਰੀ ਥੋੜੀ ਠੀਕ ਹੈ ਕਿਸੇ ਦੀ ਵੀ ਜੋ ਜ਼ਿੰਦਗੀ ਦੀ ਜੋ ਇੰਸ਼ੋਰੈਂਸ ਹੁੰਦੀ ਹੈ ਉਸ ਨੂੰ ਅਸੀਂ ਲਾਈਫ ਇੰਸ਼ੋਰੈਂਸ ਬੋਲਦੇ ਆਂ ਅਤੇ ਦੋਸਤੋ ਜੋ ਨੋਨ ਲਿਵਿੰਗ ਥਿੰਗਸ ਨੇ ਠੀਕ ਹੈ ਜਿਵੇਂ ਕੀ ਤੁਹਾਡਾ ਘਰ ਹੈ ਤੁਹਾਡਾ ਬਾਈਕ ਹੈ ਤੁਹਾਡੀ ਗੱਡੀ ਹੈ ਤੁਹਾਡਾ ਮੋਬਾਈਲ ਹੈ ਠੀਕ ਹੈ ਤੁਹਾਡਾ ਟੀਵੀ ਹੈ ਦੋਸਤੋ ਹਰ ਇੱਕ ਦਾ ਜੋ ਇੰਸ਼ੋਰੈਂਸ ਹੈ ਜੋ ਨੋਨ ਲਿਵਿੰਗ ਹੈ ਠੀਕ ਹੈ ਜੋ ਹਿਲ ਨਹੀਂ ਸਕਦਾ ਜੋ ਕੁਝ ਫੀਲ ਨਹੀਂ ਕਰ ਸਕਦਾ ਉਸ ਨੂੰ ਅਸੀਂ ਬੋਲਦੇ ਹਾਂ ਜਨਰਲ ਇੰਸ਼ੋਰੈਂਸ ਠੀਕ ਹੈ ਮੈਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਹੈ ਲਾਈਫ ਇੰਸ਼ੋਰੈਂਸ ਵੀ ਮੰਡੇਟਰੀ ਹੈ ਦੋਸਤੋ ਲਾਈਫ ਕਹੋ ਜਾਂ ਹੈਲਥ ਇੰਸ਼ੋਰੈਂਸ ਮੰਡੇਟਰੀ ਹੈ ਭਾਰਤ ਦੇ ਵਿੱਚ ਜਨਰਲ ਇੰਸ਼ੋਰੈਂਸ ਸਪੈਸ਼ਲੀ ਵਹੀਕਲਸ ਦਾ ਠੀਕ ਹੈ ਬੜਾ ਲਾਜ਼ਮੀ ਹੈ ਜੇ ਤੁਸੀਂ ਨਹੀਂ ਕਰੋਂਦੇ ਤਾਂ ਥੋੜਾ ਚਲਾਨ ਹੋ ਜਾਂਦਾ ਹੈ ਲੇਕਿਨ ਦੋਸ ਜਦੋਂ ਅਸੀਂ ਇੱਕ ਦਿਨ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਅੱਜ ਫਿਰ ਥੋੜਾ ਜ਼ਿਕਰ ਕਰੂੰਗਾ ਜਦੋਂ ਅਸੀਂ ਆਪਾਂ ਜੋ ਲਾਈਫ ਹੈ ਫੋਰਨ ਕੰਟਰੀਜ਼ ਨਾਲ ਕੰਪੇਅਰ ਕਰਦੇ ਆਂ ਤਾਂ ਦੋਸਤੋ ਕੋਈ ਬੜੇ ਡਿਫਰੈਂਸਸ ਨਹੀਂ ਨੇ ਠੀਕ ਹੈ ਥੋੜੇ ਜੋ ਡਿਫਰੈਂਸਸ ਨੇ ਉਹ ਬਹੁਤ ਜ਼ਿਆਦਾ ਨਹੀਂ ਉਹਨਾਂ ਵਿੱਚੋਂ ਦੋਸਤੋ ਇੱਕ ਜੋ ਡਿਫਰੈਂਸ ਆਪਾਂ ਬੋਲ ਦਿੰਨੇ ਆ ਕਿ ਬੰਦੇ ਦੀ ਜੋ ਜਾਨ ਦੀ ਕੀਮਤ ਹੈ ਦੋਸਤੋ ਉੱਥੇ ਕਈ ਜੋ ਅਮਰੀਕਾ ਵਰਗੇ ਕੰਟਰੀਜ਼ ਨੇ ਕੈਨੇਡਾ ਲੇਕਿਨ ਦੋਸਤੋ ਅਸੀਂ ਉਹ ਕੀਮਤ ਇੱਥੇ ਵੀ ਬਣਾ ਸਕਦੇ ਆਂ ਜੇ ਅਸੀਂ ਆਪਣਾ ਹੈਲਥ ਇੰਸ਼ੋਰੈਂਸ ਲਈਏ ਅਸੀਂ ਆਪਣਾ ਲਾਈਫ ਇੰਸ਼ੋਰੈਂਸ ਲਈਏ ਠੀਕ ਹੈ ਉੱਥੇ ਉਹ ਚੀ अपना हेल्थ इंश्योरेंस या लाइफ इंश्योरेंस तो ਸਾਡੀ ਜੋ ਲਾਈਫ ਹੈ ਉਹ ਬਹੁਤ ਸੋਖੀ ਹੋ ਸਕਦੀ ਹੈ ਦੋਸਤੋ ਜਾਂ ਫਿਰ ਅਸੀਂ ਕਹਿ ਲਓ ਕਿ ਸਾਡੀ ਜਾਨ ਤੋਂ ਬਾਅਦ ਸਾਡੀ ਜੋ ਫੈਮਲੀ ਦੀ ਜੋ ਲਾਈਫ ਹੈ ਉਹ ਬਹੁਤ ਸੋਖੀ ਹੋ ਸਕਦੀ ਹੈ ਤਾਂ ਦੋਸਤੋ ਇਹ ਜ਼ਰੂਰ ਲਓ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਪ੍ਰਾਈਵੇਟ ਪਬਲਿਕ ਵਟ ਏਵਰ ਕੁਝ ਵੀ ਸਪੈਸ਼ਲੀ ਇਹ ਜੋ ਕਰੋਨਾ ਦਾ ਜੋ ਵਕਤ ਹੈ ਇਹ ਜੋ ਮੁਸ਼ਕਲ ਦੌਰ ਚੱਲ ਰਿਹਾ ਪੂਰੀ ਦੁਨੀਆ ਦੇ ਉੱਪਰ ਇਸ ਵਕਤ ਤਾਂ ਇਸ ਤਰ੍ਹਾਂ ਦਾ ਜੋ ਇੰਸ਼ੋਰੈਂਸ ਲੈਣੀ ਬੜੀਆਂ ਜ਼ਰੂਰੀ ਨੇ ਕਿਉਂਕਿ ਨਾ ਆਪਾਂ ਜੋ ਗੱਲ ਕਰ ਰਹੇ ਸੀ ਜਨਰਲ ਇੰਸ਼ੋਰੈਂਸ ਕੰਪਨੀ ਦੀ ਗੱਲ ਕਰ ਰਹੇ ਸੀ ਡਿਜੀਟ ਇੰਸ਼ੋਰੈਂਸ ਦੀ ਇਹ ਜੇ ਨਵੇਂ ਮੈਸ ਕੈਪਟਨ ਇੰਡੀਅਨ ਕ੍ਰਿਕਟ ਟੀਮ ਦੇ ਇਹਨਾਂ ਨੂੰ ਦੋਸਤੋ ਰੀਸੈਂਟਲੀ ਹੈ ਡਿਜੀਟ ਇੰਸ਼ੋਰੈਂਸ ਕੰਪਨੀ ਨੇ ਆਪਣਾ ਹੈ ਦੋਸਤੋ 1.9 ਬਿਲੀਅਨ ਯੂ ਐਸ ਡਾਲਰ ਦੇ ਵਿੱਚ ਹੈ ਜੋ ਬ੍ਰਾਂਡ ਐਮਬੈਸਡਰ ਬਣਾਇਆ ਹੈ ਦੋਸਤੋ ਲਗਭਗ 190 ਕਰੋੜ ਯੂ ਐਸ ਡਾਲਰ ਬਹੁਤ ਵੱਡਾ ਜੋ ਹੈ ਦੋਸਤੋ ਇਸ ਦਾ ਇਹਨਾਂ ਨੇ ਹੈ ਜੋ ਵੈਲਿਊਏਸ਼ਨ ਕੀਤਾ ਹੈ ਵਿਰਾਟ ਕੋਹਲੀ ਦੀ ਅਤੇ ਉਹਨਾਂ ਨੂੰ ਇਸ ਦਾ ਬ੍ਰਾਂਡ ਐਮਬੈਸਡਰ ਬਣਾਇਆ ਹੈ ਦੋਸਤੋ ਵਿਰਾਟ ਕੋਹਲੀ ਕੈਪਟਨ ਆਫ ਇੰਡੀਅਨ ਕ੍ਰਿਕਟ ਟੀਮ ਦੋਸਤੋ ਫਿਰ ਇਸ ਦੇ ਨਾਲ ਹਾਂਜੀ ਤਾਂ ਜੀ ਕੋਹਲੀ ਕਾਫੀ ਬੱਚਾ ਨਹੀਂ ਸਹੀ ਆਨਸਰ ਦਿੰਦਾ ਹੈ ਹਾਰਦਿਕ ਪੰਡੇ ਨਹੀਂ ਜੀ ਤਾਂ ਦੋਸ ਤਾਂ ਪ੍ਰਾਈਮ ਮਿਨਿਸਟਰ ਸਲੋਵਾਕੀਆ ਠੀਕ ਹੈ ਦੋਸਤੋ ਨਵੇਂ ਜੋ ਇਲੈਕਸ਼ਨ ਹੋਇਆ ਹੈ ਸਲੋਵਾਕੀਆ ਦੇ ਵਿੱਚ ਉੱਥੇ ਨਵੇਂ ਜੋ ਪ੍ਰਾਈਮ ਮਿਨਿਸਟਰ ਨੇ ਕੌਣ ਬਣੇ ਨੇ ਠੀਕ ਹੈ ਜ਼ੂਜ਼ਾਨ ਇਗਨੋਰ ਇਗਲਿਸ ਐਡਵਾਰਡ ਜਾਂ ਸਰਗਿਓ ਤਾਂ ਦੋਸਤੋ ਜਲਦੀ ਨਾਲ ਇਸ ਦਾ ਮੈਨੂੰ ਤੁਸੀਂ ਆਨਸਰ ਦਿਵੋ ਠੀਕ ਹੈ ਇਸ ਦੇ ਨਾਲ ਹੀ ਨਾਲ ਠੀਕ ਹੈ ਮੈਂ ਗੱਲ ਕਰਾਂਗਾ ਲਾਸਟ ਵੀਕ ਹੀ ਆਪਾਂ ਗੱਲ ਕੀਤੀ ਹੈ ਇੰਟਰਨੈਸ਼ਨਲ ਸੋਲਰ ਅਲਾਈਅንስ ਦੀ ਠੀਕ ਹੈ ਦੋਸਤੋ ਇਸ ਦੇ ਨਵੇਂ ਜੋ ਚੇਅਰਮੈਨ ਕੌਣ ਬਣੇ ਨੇ ਠੀਕ ਹੈ ਉਹ ਵੀ ਮੈਨੂੰ ਨਾਲ-ਨਾਲ ਜ਼ਰੂਰ ਦੱਸ ਦਵੋ ਠੀਕ ਹੈ ਇੰਟਰਨੈਸ਼ਨਲ ਸੋਲਰ ਅਲਾਈንስ ਜਿਸ ਦੇ ਵਿੱਚ ਟੋਟਲ ਜੋ ਹੈ 73 ਕੰਟਰੀਜ਼ ਨੇ ਇਟਲੀ ਨਵਾਂ ਕੰਟਰੀ ਐਡ ਆਨ ਹੋਇਆ ਸੀ ਹੈੱਡਕੁਆਟਰ ਗੁਰਗਾਉਂ ਦੇ ਵਿੱਚ ਹੈ ਠੀਕ ਹੈ ਅਤੇ ਦੋਸਤੋ ਜੋ ਹੈ ਸਲੋਵਾਕੀਆ ਦੇ ਜੋ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਦੋਸਤੋ ਉਹ ਬਣੇ ਨੇ 댓 ਇਜ਼ ਦਾ ਐਡਵਰਡ ਹੈਗਰ ਠੀਕ ਹੈ ਤਾਂ ਐਡਵਰਡ ਹੈਗਰ ਵਾਸ ਅਪੋਇੰਟਡ ਐਜ਼ ਦਾ ਪ੍ਰਾਈਮ ਮਿਨਿਸਟਰ ਆਫ ਸਲੋਵਾਕੀਆ ਕਾਂ ਇੱਥੇ ਦੋਸਤੋ ਜੋ ਉਥੋਂ ਦੇ ਜੋ ਪ੍ਰੈਜ਼ੀਡੈਂਟ ਨੇ ਜ਼ੋਜ਼ਾਨਾ ਕੈਪਟੋਵਾ ਨੇ ਉਹਨਾਂ ਨੂੰ ਅਪੁਆਇੰਟ ਕੀਤਾ ਹੈ ਦੋਸਤੋ ਇੱਥੇ ਦੋਸਤੋ ਅੱਗੇ ਵਧਣ ਦੀ ਬਜਾਏ ਠੀਕ ਹੈ ਥੋੜਾ ਬਹੁਤ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਦੀ ਕਰੰਸੀ ਯੂਰੋ ਹੈ ਇਸ ਦੀ ਜੋ ਕੈਪੀਟਲ ਹੈ ਠੀਕ ਹੈ ਦੋਸਤੋ ਥੈਟ ਇਜ਼ ਦਾ ਬ੍ਰੈਸਟਿਸ ਲਾਵਾ ਹੈ ਠੀਕ ਹੈ ਇੱਥੇ ਇੱਕ ਬੜਾ ਇੱਕ ਇੰਪੋਰਟੈਂਟ ਇੱਥੇ ਇੱਕ ਸ਼ਬਦ ਲਿਖਿਆ ਦੋਸਤੋ ਅਪੁਆਇੰਟਡ ਇਸ ਨਾਲ ਮੈਂ ਥੋੜਾ ਜ਼ਿਕਰ ਜ਼ਰੂਰ ਕਰਾਂਗਾ ਆਪਣੇ ਪ੍ਰਧਾਨ ਮੰਤਰੀ ਆਪਣੇ ਰਾਸ਼ਟਰਪਤੀ ਦਾ ਲੇਕਿਨ ਦੋਸਤੋ ਜਲਦੀ ਨਾਲ ਆਈਐਸਏ ਦੇ ਜੋ ਹੈੱਡਕ quart ਦੇ ਨਵੇਂ ਪ੍ਰੈਜ਼ solar alliance international solar alliance دوستੋ ਇੱਥੇ ਮੈਂ ਜੋ ਜ਼ਿਕਰ ਕਰੂੰਗਾ ਠੀਕ ਹੈ ਜਲਦੀ ਨਾਲ ਤੁਸੀਂ ਮੈਨੂੰ ਦੱਸਣਾ ਹੈ ਕਿ ਸਾਡੇ ਦੇਸ਼ ਦੇ ਜੋ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਦੇ ਜੋ ਪ੍ਰਧਾਨ ਮੰਤਰੀ ਨੇ ਠੀਕ ਹੈ ਉਹ ਅਪੁਆਇੰਟਡ ਨੇ ਠੀਕ ਹੈ ਉਹ ਇਲੈਕਟਡ ਨੇ ਠੀਕ ਹੈ ਜਾਂ ਫਿਰ ਉਹ ਨੋਮੀਨੇਟਡ ਨੇ ਦੋਸਤੋ ਜਲਦੀ ਨਾਲ ਆਨਸਰ ਦਿਓ ਤੁਸੀਂ ਮੈਨੂੰ ਠੀਕ ਹੈ ਤੇ ਨਾਲ ਹੀ ਨਾਲ ਦੋਸਤੋ ਕੋਕੀ ਸਾਡੇ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਇਲੈਕਸ਼ਨ ਆਣ ਵਾਲੇ ਆ ਅਗਲੇ ਹਫਤੇ ਅਗਲੇ ਸਾਲ ਦੋਸਤੋ ਤਾਂ ਜਲਦੀ ਨਾਲ ਦੱਸੋ ਜੋ ਮੁੱਖ ਮੰਤਰੀ ਹੁੰਦਾ ਜੋ ਸੀਐਮ ਹੁੰਦਾ ਉਹ ਕੀ ਹੁੰਦਾ ਜੀ ਉਹ ਅਪਾਇੰਟਡ ਹੁੰਦਾ ਠੀਕ ਹੈ ਉਹ ਇਲੈਕਟਡ ਹੁੰਦਾ ਹੈ ਜਾਂ ਨੋਮੀਨੇਟਡ ਹੁੰਦਾ ਜੀ ਜਲਦੀ ਨਾਲ ਦੋਸਤੋ ਠੀਕ ਹੈ ਤਾਂ ਦੋਸਤੋ ਪ੍ਰਧਾਨ ਮੰਤਰੀ ਕੀ ਹੁੰਦਾ ਹੈ ਯਾ ਸੀਐਮ ਕੀ ਹੁੰਦਾ ਦੋਸਤੋ ਜਲਦੀ ਨਾਲ ਮੈਨੂੰ ਇਸ ਦਾ ਅਨਸਰ ਦਵੋ ਅਤੇ ਨਾਲ ਦੀ ਨਾਲ ਦੋਸਤੋ ਸਾਰੇ ਜੋ ਦੋਸਤ ਨੇ ਜੋ ਸਟੂਡੈਂਟਸ ਜੁੜੇ ਹੋਏ ਨੇ ਆਪਣਾ ਜੋ ਸੈਸ਼ਨ ਹੈ ਇਸ ਨੂੰ ਸ਼ੇਅਰ ਲਾਈਵ ਜ਼ਰੂਰ ਕਰ ਦਿਓ ਦੋਸਤੋ ਇੱਕ ਵਾਰ ਅੱਗੇ ਹਰੇਕ ਟੈਲੀਗ੍ਰam ਚੈਨਲ ਹਰੇਕ ਵਟਸਐਪ ਗਰੁੱਪ ਜੋ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਬੱਚੇ ਉਹਨਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਹਾਂਜੀ ਤਾਂ ਜੀ ਕਾਫੀ ਜੋ ਬੱਚੇ ਨੇ ਇਲੈਕਟਡ ਦੱਸ ਰਹੇ ਨੇ ਜ਼ਿਆਦਾਤਰ ਬੱਚਿਆਂ ਦਾ ਜੋ ਅਨਸਰ ਹੈ ਇਲੈਕਟਡ ਹੈ ਜੀ ਠੀਕ ਹੈ ਹੁਣ ਕਈ ਬੱਚੇ ਅਪਾਇੰਟਡ ਵੀ ਦੱਸ ਰਹੇ ਨੇ ਨੋਮੀਨੇਟਡ ਦਾ ਕੋਈ ਵੀ ਆਨਸਰ ਨਹੀਂ ਹੈ ਜੀ ਠੀਕ ਹੈ ਤਾਂ ਜੋ ਲਗਭਗ 80% ਜੋ ਸਟੂਡੈਂਟਸ ਨੇ ਇਲੈਕਟਡ ਦੱਸ ਰਹੇ ਨੇ ਠੀਕ ਹੈ ਤਾਂ ਹੋ ਸਕਦਾ ਪ੍ਰਧਾਨ ਮੰਤਰੀ ਇਲੈਕਟਡ ਦੱਸ ਰਹੇ ਹੋਣ ਠੀਕ ਹੈ ਹੋ ਸਕਦਾ ਸੀਐਮ ਇਲੈਕਟਡ ਦੱਸ ਰਹੇ ਹੋਣ ਠੀਕ ਹੈ ਲੇਕਿਨ ਸਾਰੇ ਬੱਚਿਆਂ ਨੂੰ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਤੁਹਾਡਾ ਜੋ ਆਨਸਰ ਹੈ ਬੱਚੋ ਗਲਤ ਹੈ ਠੀਕ ਹੈ ਪ੍ਰਧਾਨ ਮੰਤਰੀ ਇਲੈਕਟਡ ਨਹੀਂ ਹੁੰਦਾ ਨਾ ਹੀ ਸਾਡਾ ਮੁੱਖ ਮੰਤਰੀ ਇਲੈਕਟਡ ਹੁੰਦਾ ਹੈ ਦੋਸਤੋ ਦੋਨੋਂ ਦੇ ਦੋਨੋਂ ਹੀ ਕੀ ਹੁੰਦੇ ਨੇ ਦੋਨੋਂ ਦੇ ਦੋਨੋਂ ਜਿਹੜੇ ਬੱਚੇ ਆਨਸਰ ਲਿਖ ਰਹੇ ਨੇ ਅਪਾਇੰਟਡ ਅਪਾਇੰਟਡ ਹੀ ਹੁੰਦੇ ਨੇ ਦੋਸਤੋ ਅਪਾਇੰਟਡ ਕਿਵੇਂ ਹੁੰਦੇ ਨੇ ਸਭ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਅਪਾਇੰਟ ਕਰਦਾ ਕੌਣ ਹੈ ਪ੍ਰਧਾਨ ਮੰਤਰੀ ਨੂੰ ਦੋਸਤੋ ਅਪਾਇੰਟ ਕਰਦਾ ਹੈ ਦੇਸ਼ ਦਾ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਨੂੰ ਅਪਾਇੰਟ ਕਰਦਾ ਹੈ ਉਹ ਸਟੇਟ ਦਾ ਗਵਰਨਰ ਦੋਸਤੋ ਠੀਕ ਹੈ ਜਿਵੇਂ ਕਿ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਦੋਸਤੋ 117 ਸੀਟਾਂ ਨੇ ਅਗਲੇ ਸਾਲ 117 ਸੀਟਾਂ ਤੇ ਇਲੈਕਸ਼ਨ ਹੋਏਗਾ ਹੁਣ ਦੋਸਤੋ ਜਿੱਤਦਾ ਕੌਣ ਹੈ ਹਮੇਸ਼ਾ ਜਿਸ ਦੇ ਕੋਲ 50% ਤੋਂ ਵੱਧ ਸੀਟਾਂ ਆ ਜਾਣ ਮਨ ਲੋ ਕੋਈ ਵੀ ABC ਪਾਰਟੀ ਹੈ ਠੀਕ ਹੈ ABC ਪਾਰਟੀ ਹੈ ਉਸ ਕੋਲ 50% ਤੋਂ ਵੱਧ ਸੀਟਾਂ ਆ ਗਈਆਂ ਉਸ ਕੋਲ 60 ਸੀਟਾਂ ਆ ਗਈਆਂ ਦੋਸਤੋ ਵੈਸੇ ਦੋਸਤੋ ਜਲਦੀ ਨਾਲ ਮੈਨੂੰ ਇਹ ਵੀ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਪਾਰਟੀ ਜਿੱਤ ਸਕਦੀ ਹੈ ਅਗਲੇ ਸਾਲ ਠੀਕ ਹੈ ਆਪਾਂ ਦੇਖ ਲੈਨੇ ਆ ਮੈਕਸਿਮਮ ਬੱਚੇ ਕਿਹੜੀ ਪਾਰਟੀ ਨੂੰ ਵੋਟ ਕਰਨਾ ਚਾਹੁੰਦੇ ਨੇ ਠੀਕ ਹੈ ਤਾਂ ਦੋਸਤੋ 55 60 ਸੀਟਾਂ ਆ ਗਈਆਂ ਕਿਸੇ ਪਾਰਟੀ ਨੂੰ ਹੁਣ ਦੋਸਤੋ ਉਹ ਜੋ ਪਾਰਟੀ ਹੈ ਜਿਸ ਕੋਲ 50% ਤੋਂ ਵੱਧ ਸੀਟਾਂ ਆ ਗਈਆਂ 50% ਸੀਟਾਂ ਹੁੰਦੀਆਂ ਨੇ 117 ਦੀਆਂ 59 ਦੋਸਤੋ ਲੇਕਿਨ ਜੇ ਕਿਸੇ ਨੂੰ 59 ਤੋਂ ਬਾਅਦ ਸਿੱਟਾ ਆ ਗਈਆਂ ਉਹ ਪਾਰਟੀ ਦੋਸਤੋ ਆਪਣਾ ਕੀ ਚੁਣੇਗੀ ਆਪਣੀ ਪਾਰਟੀ ਦਾ ਸੀਐਮ ਕੈਂਡੀਡੇਟ ਚੁਣੇਗੀ ਲੀਡਰ ਚੁਣੇਗੀ ਅਤੇ ਉਸ ਦੋਸਤੋ ਲੀਡਰ ਨੂੰ ਜੋ ਪਾਰਟੀ ਚੁਣੇਗੀ ਉਸ ਲੀਡਰ ਨੂੰ ਉਸ ਸਟੇਟ ਦਾ ਜਾਂ ਪੰਜਾਬ ਦਾ ਜੋ ਗਵਰਨਰ ਹੈ ਦੋਸਤੋ ਅਪਾਇੰਟ ਕਰੇਗਾ ਐਜ਼ ਅ ਸੀਐਮ ਠੀਕ ਹੈ ਤਾਂ ਦੋਸਤੋ ਪਾਰਟੀ ਤੈਅ ਕਰਦੀ ਹੈ ਕਿ ਇਹ ਸਾਡਾ ਲੀਡਰ ਹੋਏਗਾ ਇਸ ਨੂੰ ਅਸੀਂ ਚੁਣਨਾ ਹੈ ਅਤੇ ਦੋਸਤੋ ਉਸ ਲੀਡਰ ਨੂੰ ਜਿਵੇਂ ਕਿ 2017 ਦੇ ਵਿੱਚ ਹੈ ਕਾਂਗਰਸ ਨੇ ਡਿਸਾਈਡ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਹੋਣਗੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਗਵਰਨਰ ਨੇ ਜੋ ਹੈ ਅਪਾਇੰਟ ਕੀਤਾ ਐਜ਼ ਅ ਸੀਐਮ ਉਸੇ ਤਰ੍ਹਾਂ ਦੋਸਤੋ ਰਾਸ਼ਟਰਪਤੀ ਅਪਾਇੰਟ ਕਰਦਾ ਹੈ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਅਪਾਇੰਟ ਕਰਦਾ ਹੈ ਮੁੱਖ ਮੰਤਰੀ ਨੂੰ ਹਾਂਜੀ ਠੀਕ ਹੈ ਹਾਂਜੀ ਤਾਂ ਦੋਸਤੋ ਕਾਫੀ ਜੋ ਸਟੂਡੈਂਟਸ ਨੇ ਆਪ ਲਿਖ ਰਹੇ ਨੇ ਕੋਈ ਕਾਂਗਰਸ ਕਹਿ ਰਹੇ ਨੇ ਠੀਕ ਹੈ ਤੇ ਕਮਲਦੀਪ ਕਨੂਰ ਨੂੰ ਘਸਾਇਆ ਹੋਇਆ ਜੀ ਕਹਿੰਦੇ ਕਿ ਬੀਜੇਪੀ ਵਾਲਾ ਕੌਣ ਹੈ ਠੀਕ ਹੈ ਅਤੇ ਜ਼ਿਆਦਾਤਰ ਜੋ ਸਟੂਡੈਂਟਸ ਨੇ ਤਾਂ ਦੋਸਤੋ ਕਾਫੀ ਜੋ ਨੇ ਠੀਕ ਹੈ ਹਜੇ ਕਾਫੀ ਟਾਈਮ ਪਿਆ ਹੈ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਲੇਕਿਨ ਮੈਕਸਿਮਮ ਜੋ ਲੋਕ ਨੇ ਆਪ ਦੀ ਤਰਫ ਨੇ ਹੁਣ ਕੁਝ ਕਾਂਗਰਸ ਵਾਲੇ ਵੀ ਆ ਚੁੱਕੇ ਨੇ ਅਤੇ ਆਪਣੇ ਜੋ ਇੱਕ ਦੋ ਸਟੂਡੈਂਟ ਨੇ ਉਹ ਬੀਜਪੀ ਦਾ ਵੀ 100% ਸ਼ੋਰ ਕਹਿ ਰਹੇ ਨੇ ਜੀ ਹਾਂ ਜੀ ਵੋਟ ਆਪ ਨੂੰ ਦੇਵਾਂਗੇ ਤੇ ਸਪੋਰਟ ਭਾਜਪੀ ਨੂੰ ਕਰਾਂਗੇ ਪਵਨ ਵਰਮਾ ਜੀ ਨੇ ਕਿਹਾ ਜੀ ਚਲੋ ਦੋਸਤੋ ਕਿਸੇ ਨੂੰ ਵੀ ਵੋਟ ਕਰੋ ਸਮੇਦਾਰੀ ਨਾਲ ਵੋਟ ਕਰੋ ਦੋਸਤੋ ਕਿਉਂਕਿ ਇਸ ਵੋਟ ਦੇ ਹੱਕ ਲਈ ਸਾਡੇ ਬਹੁਤ ਸਾਰੇ ਜੋ ਕ੍ਰਾਂਤੀਕਾਰੀ ਨੇ ਉਹਨਾਂ ਨੇ ਦੋਸਤੋ ਹੈ ਆਪਣਾ ਜੋ ਖੂਨ ਹੈ ਵਹਾਇਆ ਹੈ ਆਪਣੀ ਪੂਰੀ ਜ਼ਿੰਦਗੀ ਹੈ ਨਿਛਾਵਰ ਕੀਤੀ ਹੈ ਤਾਂ ਦੋਸਤੋ ਉਸ ਤੋਂ ਜ਼ਿਆਦਾ ਇੰਪੋਰਟੈਂਟ ਵੈਸੇ ਮੈਨੂੰ ਲੱਗਦਾ ਹੈ ਕਿ ਵੋਟ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਦੇ ਸਕਦੇ ਹੋ ਲੇਕਿਨ ਦੋਸਤੋ ਮੈਨੂੰ ਲੱਗਦਾ ਹੈ ਕਿ ਵੋਟ ਪਾਉਣ ਨਾਲ ਜੋ ਜੋ ਆਪਣਾ ਜੋ ਜੋ ਆਪਣੇ ਜੋ ਡਿਊਟੀਆਂ ਨੇ ਉਹ ਖਤਮ ਨਹੀਂ ਹੁੰਦੀਆਂ ਸਾਡੀਆਂ ਡਿਊਟੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਸਮੇਂ-ਸਮੇਂ ਤੇ ਸਾਨੂੰ ਸਰਕਾਰ ਦੀ ਕੋਈ ਵੀ ਹੋਵੇ ਉਸ ਦੀਆਂ ਗਲਤ ਨੀਤੀਆਂ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਉਸ ਦੀ ਚੰਗੀ ਨੀਤੀਆਂ ਨੂੰ ਅਪਰੀਸ਼ੀਏਟ ਵੀ ਕਰਨਾ ਚਾਹੀਦਾ ਹੈ ਅਤੇ ਇਹ ਜੋ ਪ੍ਰੋਸੈਸ ਹੈ ਦੋਸਤੋ 5 ਸਾਲ ਹੈ ਚੱਲਣੀ ਚਾਹੀਦੀ ਹੈ ਫੇਰ ਹੀ ਜੋ ਸਾਡੇ ਜੋ ਲੀਡਰ ਨੇ ਠੀਕ ਹੈ ਉਹਨਾਂ ਨੂੰ ਲੱਗੇਗਾ ਕਿ ਜੋ ਸਾਡੀ ਜਨਤਾ ਹੈ ਉਹ ਜਾਗਰੂਕ ਹੋ ਚੁੱਕੀ ਹੈ ਫੇਰ ਹੀ ਸ਼ਾਇਦ ਸਾਨੂੰ ਸੀਰੀਅਸ ਲੈਣਾ ਸ਼ੁਰੂ ਕਰਨਗੇ ਨਹੀਂ ਤਾਂ ਦੋਸਤੋ ਜਿਵੇਂ ਪਿੱਛੇ ਜੇ ਕਈ ਵਾਰ ਖਬਰਾਂ ਆਉਂਦੀਆਂ ਨੇ ਕਿ ਕੋਈ ਐਮਪੀ ਹੈ ਐਮਐਲਏ ਹੈ ਦੋ ਪੈਨਸ਼ਨਾਂ ਲੈ ਰਹੇ ਨੇ ਕੋਈ 10 ਪੈਨਸ਼ਨਾਂ ਲੈ ਰਹੇ ਨੇ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਜੋ ਗੱਲਾਂ ਹੈ ਸੁਣਦੇ ਟੈਕਸ ਦੇ ਵਿੱਚ ਹੈ ਦੋਸਤੋ ਇੰਨਾ ਟੈਕਸ ਪੇ ਕਰਨ ਦੇ ਬਾਵਜੂਦ ਵੀ ਜੋ ਹੈ ਆਪਣਾ ਜੋ ਸੂਬਾ ਹੈ ਇੰਨੇ ਜ਼ਿਆਦਾ ਜੋ ਹੇਠਾਂ ਥਲੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਲੋਨ ਥੱਲੇ ਹੈ ਦੱਬਿਆ ਹੋਇਆ ਹੈ ਤਾਂ ਦੋਸਤੋ ਸਾਡਾ ਜੋ ਫਰਜ ਮੰਨਦਾ ਹੈ ਕਿ ਵੋਟ ਪਾਉਣ ਤੋਂ ਬਾਅਦ ਵੀ ਅਸੀਂ ਹੈ ਆਪਣੇ ਜੋ ਅਧਿਕਾਰਾਂ ਲਈ ਆਪਣੀਆਂ ਡਿਊਟੀਆਂ ਲਈ ਹੈ ਸचेत ਰਹੀਏ ਤਾਂ ਦੋਸਤੋ ਇਸੇ ਪ੍ਰਸ਼ਨ ਦੇ ਨਾਲ ਨਾਲ ਆਪਾਂ ਫਿਰ ਅਗਲਾ ਪ੍ਰਸ਼ਨ ਚੱਲਦੇ ਹਾਂ ਸਲਵਾਕਿਆ ਦੇ ਨਵੇਂ ਪ੍ਰਾਈਮ ਮਿਨਿਸਟਰ ਨੇ ਜਿਨ੍ਹਾਂ ਦਾ ਨਾਮ ਹੈ ਐਡਵਰਡ ਹੈਜਰ ਦੋਸਤੋ ਠੀਕ ਹੈ ਜੀ ਤਾਂ ਅਗਲਾ ਜੋ ਪ੍ਰਸ਼ਨ ਹੈ ਦੋਸਤੋ ਕਿ ਫਾਰਮਰ ਜੋ ਦੋਸਤੋ ਸੋ ਇਹ ਚੇਅਰਮੈਨ ਸੀ ਨੀਤੀ ਆਯੋਗ ਦੇ ਡੈਪਟੀ گورనర్ ਸੀ ਆਰਬੀਆਈ ਦੇ ਜਿਨ੍ਹਾਂ ਦਾ ਨਾਮ ਸੀ ਕੇਸੀ ਚੱਕਰਵਰਤੀ ਇਹਨਾਂ ਦੀ ਰੀਸੈਂਟਲੀ ਦੋਸਤੋ ਹੈ ਡੈਥ ਹੋ ਗਈ ਇਹਨਾਂ ਦੀ ਜ਼ਿੰਦਗੀ ਹੈ ਪੂਰੀ ਹੋ ਚੁੱਕੀ ਹੈ ਚੇਅਰਮੈਨ ਆਫ ਨੀਤੀ ਆਯੋਗ ਸੀ ਕੇਸੀ ਚੱਕਰਵਰਤੀ ਡੈਪਟੀ گورనర్ ਆਫ ਆਰਬੀਆਈ ਸੀ ਜਾਂ ਨਿਵਾਰਡ ਦੇ ਚੇਅਰਮੈਨ ਸੀ ਜਾਂ ਫਾਈਨਾਂਸ ਸੈਕਟਰੀ ਸੀ ਜਾਂ ਚੇਅਰਮੈਨ ਆਫ ਸੇਬੀ ਸੀ ਜਿਨ੍ਹਾਂ ਦੀ ਰੀਸੈਂਟਲੀ ਹੈ ਡੈਥ ਹੋਈ ਹੈ ਹਾਂਜੀ ਤਾਂ ਦੋਸਤੋ ਹਾਂਜੀ ਤਾਂ ਦੋਸਤੋ ਕਈਆਂ ਨੇ ਆਨਸਰ ਦੇਣੇ ਸ਼ੁਰੂ ਕਰ ਦਿੱਤੇ ਨੇ ਲੇਕਿਨ ਉਹਦੇ ਨਾਲ ਮੈਂ ਜਲਦੀ ਨਾਲ ਦੱਸ ਦਵਾਂ ਸਭ ਤੋਂ ਪਹਿਲਾਂ ਅਸੀਂ ਨੀਤੀ ਯੋਗ ਦੀ ਗੱਲ ਕੀਤੀ ਹੈ ਨੀਤੀ ਦਾ ਫੁੱਲ ਫਾਰਮ ਹੈ ਦੋਸਤੋ ਨੈਸ਼ਨਲ ਇੰਸਟੀਟਿਊਸ਼ਨ ਨੈਸ਼ਨਲ ਇੰਸਟੀਟਿਊਸ਼ਨ ਫਾਰ ਟ੍ਰਾਂਸਫਾਰਮਿੰਗ ਇੰਡੀਆ ਠੀਕ ਹੈ ਦੋਸਤੋ ਇਹ ਪਲੈਨਿੰਗ ਕਮਿਸ਼ਨ ਨੂੰ ਖਤਮ ਕਰਕੇ ਠੀਕ ਹੈ ਬਣਾਇਆ ਗਿਆ ਸੀ ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ ਜਿਸ ਦੀ ਸ਼ੁਰੂਆਤ 1 ਜਨਵਰੀ 2015 ਨੂੰ ਹੋਈ ਸੀ ਦੋਸਤੋ ਠੀਕ ਹੈ ਇਸ ਦੇ ਜੋ ਚੇਅਰਮੈਨ ਨੇ ਹਮੇਸ਼ਾ ਪ੍ਰਧਾਨ ਮੰਤਰੀ ਰਹਿਣਗੇ ਅਤੇ ਇਸ ਦੇ ਵਾਈਸ ਚੇਅਰਮੈਨ ਨੇ ਦੋਸਤੋ ਰਾਜੀਵ ਕੁਮਾਰ ਜੇ ਤੁਸੀਂ ਨੋਟਸ ਬਣਾ ਰਹੇ ਹੋ ਤਾਂ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਠੀਕ ਹੈ ਫਿਰ ਦੋਸਤੋ RBI ਬਾਰੇ ਆਪਾਂ ਕਾफी ਚੀਜ਼ਾਂ ਪੜ ਚੁੱਕੇ ਹਾਂ ਆਲਰੇਡੀ ਨਬਾਰ ਦੋਸਤੋ ਜੋ ਆਪਣੇ ਰੂਲਰ बैंक रेगुलेटर है दोस्तों नाबार्ड ठीक है नबार्ड का फुल फॉर्म है दोस्तों नेशनल बैंक फॉर एग्रीकल्चर एंड रूरल डिवैलमेंट नैशनल एग्रीकल्चर फॉर नैशनल बैंक फॉर एग्रीकल्चर एंड रूरल डिवेल्पमेंट दोस्तों फिर फाइनास सैक्टरी दोस्तों याद रखना हमेशा कि जो एक रुपये का नोट हूं नोट मैं ਕੁਆਇਨ ਦੀ ਗੱਲ ਨਹੀਂ ਕੀਤੀ ਨੋਟ ਦੇ ਉੱਪਰ ਹਮੇਸ਼ਾ ਸਿਗਨੇਚਰ ਕਿਸ ਦਾ ਹੁੰਦਾ ਫਾਈਨੈਂਸ ਸੈਕਟਰੀ ਦਾ ਹੁੰਦਾ ਹੈ ਅਤੇ ਦੋਸਤੋ ਸੇਬੀ ਸੇਬੀ ਸਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਜੋ ਸਾਡੀ ਸ਼ੇਅਰ ਮਾਰਕੀਟ ਨੂੰ ਦੋਸਤੋ ਹੈ ਰੈਗੂਲੇਟ ਕਰਦਾ ਹੈ ਉਸ ਦਾ ਰੈਗੂਲੇਟਰ ਹੈ ਸ਼ੇਅਰ ਮਾਰਕੀਟ ਨੂੰ 1900 ਦੋਸਤੋ ਲਗਭਗ 88 ਦੇ ਵਿੱਚੇ ਬਣੀ ਸੀ ਆਰਗੇਨਾਈਜੇਸ਼ਨ ਸਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਤਾਂ ਦੋਸਤੋ ਇੱਥੇ ਹੈ ਕੇਸੀ ਚੱਕਰਵਰਤੀ ਬਾਰੇ ਅਸੀਂ ਗੱਲ ਕਰਾਂਗੇ ਕਾਫੀ ਬੱਚੇ ਦਾ ਸਹੀ ਆਨਸਰ ਵੀ ਦੇ ਚੁੱਕੇ ਨੇ ਤਾਂ ਇਹ ਆਰਬੀਆਈ ਦੇ ਦੋਸਤੋ ਜੋ ਪ ਸੀ اے آر بی ਦੇ ਡਿਪਟੀ گورనర్ ਦੋਸਤੋ 2009 ਤੋਂ 2014 ਤੱਕ ਰਹੇ ਸੀ ਇਸ ਨਾਲ ਮੈਂ ਦੱਸ ਦਵਾਂ ਦੋਸਤੋ ਜੋ ਆਰ ਬੀ ਆਈ ਹੈ ਉਸਦੇ ਇੱਕ ਗਵਰਨਰ ਅਤੇ ਚਾਰ ਡਿਪਟੀ ਗਵਰਨਰ ਹੁੰਦੇ ਨੇ ਹਮੇਸ਼ਾ ਅਤੇ ਉਹਨਾਂ ਵਿੱਚੋਂ ਇੱਕ ਸੀ 2009 ਤੋਂ 2014 ਤੱਕ ਕੇ ਸੀ ਚੱਕਰਵਰਤੀ ਜੀ ਠੀਕ ਹੈ ਜੀ ਹਾਂ ਜੀ ਅਤੇ ਅਜੇ ਤਿਆਰੀ ਜੇਸੀਬੀ ਦੀ ਗੁਰਦਾਸਪੁਰ ਉਹੀ ਸਨੀ ਦੇ ਵਾਲਾ ਹਾਂ ਜੀ ਤਾਂ ਸਾਰੇ ਜੋ ਲੋਕ ਨੇ ਪੋਲਿਟਿਸ਼ੀਅਨ ਦੀ ਤਰਫੇ ਜ਼ਿਆਦਾ ਚਲੇ ਗਏ ਰਾਜਨੀਤੀ ਦੀ ਤਰਫ ਜ਼ਿਆਦਾ ਚਲੇ ਗਏ ਦੋਸਤੋ ਨਾਲ ਹੀ ਨਾਲ ਪੜ੍ਹਾਈ ਵੀ ਕਰਨੀ ਜ਼ਰੂਰੀ ਹੈ ਠੀਕ ਹੈ ਤਾਂ ਪੜ੍ਹਾਈ ਨਾਲ ਹੀ ਰਾਜਨੀਤੀ ਹੈ ਰਾਜਨੀਤੀ ਨਾਲ ਦੋਸਤੋ ਪੜ੍ਹਾਈ ਨਹੀਂ ਹੈ ਠੀਕ ਹੈ ਇਸ ਗੱਲ ਦਾ ਜ਼ਿਕਰ ਦੋ ਇਸ ਗੱਲ ਦਾ ਧਿਆਨ ਹੈ ਹਮੇਸ਼ਾ ਰੱਖਿਓ ਅਤੇ ਦੋਸਤੋ ਆਪਣੀ ਪੜ੍ਹਾਈ ਦੀ ਤਰਫ ਧਿਆਨ ਦਿਓ ਠੀਕ ਹੈ ਲੇਕਿਨ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਸਾਨੂੰ ਬਹੁਤ ਸਾਰੇ ਜੋ ਲੋਕਾਂ ਦੀ ਜਿਵੇਂ ਕਿ ਪਿੱਛੇ ਜੇ ਅਸੀਂ ਦੇਖੀ ਕੀਸੀ ਆਪਣੇ ਪੰਜਾਬ ਦੇ ਲੋਕ ਦੋਸਤੋ ਹੋ ਸਕਦਾ ਤੁਸੀਂ ਬੜੇ ਸਮਝਦਾਰ ਹੋਵੋ ਹੋ ਸਕਦਾ ਕਿ ਮੈਂ ਵੀ ਬੜਾ ਸਮਝਦਾਰ ਹਾਂ ਲੇਕਿਨ ਕਈ ਵਾਰ ਦੋਸਤੋ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਜਿਵੇਂ ਮੈਂ ਪਿਛਲੀ ਕਲਾਸ ਦੇ ਵਿੱਚ ਵੀ ਜ਼ਿਕਰ ਕੀਤਾ ਸੀ 1 ਅਪ੍ਰੈਲ ਨੂੰ ਜਦੋਂ ਦੋਸਤੋ ਬੱਸਾਂ ਫ੍ਰੀ ਹੋਈਆਂ ਨੇ ਲੜਕੀਆਂ ਲਈ ਤਾਂ ਦੋਸਤੋ ਉਸ ਤੋਂ ਪਹਿਲਾਂ ਲਗਭਗ ਬਜਟ ਦੇ ਪੇਸ਼ ਹੋਣ ਤੋਂ ਪਹਿਲਾਂ ਬਾਅਦ 4-5 ਦਿਨ ਬਾਅਦ ਮੈਨੂੰ ਇੱਕ ਫੋਨ ਆਇਆ ਸੀ ਬਰਨਾਲੇ ਤੋਂ ਬਰਨਾਲੇ ਦੇ ਕਿਸੇ ਪਿੰਡ ਤੋਂ ਤਾਂ ਮੈਨੂੰ ਕਿਸੇ ਲੜਕੀ ਦਾ ਫੋਨ ਆਇਆ ਸੀ ਉਹ ਕਹਿੰਦੀ ਸਰ ਕਿ ਤੁਸੀਂ ਪਰ 4 ਦਿਨ ਪਹਿਲਾਂ ਬਜਟ ਕਰਾਇਆ ਸੀ ਸੋਡੇ ਚੈਨਲ ਸਕਸੈਸਰੀ ਪੰਜਾਬ ਤੇ ਅਤੇ ਤੁਸੀਂ ਅਨਾਉਂਸ ਕੀਤਾ ਸੀ ਕਿ ਬੱਸਾਂ ਫ੍ਰੀ ਹੋ ਗਈਆਂ ਨੇ ਉਹ ਹੁਣ ਸਟੂਡੈਂਟਸ ਪਤਾ ਨਹੀਂ ਅੱਜ ਮੇਰੀ ਗੱਲ ਸੁਣ ਰਹੇ ਕਿ ਨਹੀਂ ਸੁਣ ਰਹੇ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਜੀ ਹਜੇ ਬੱਸਾਂ ਫ੍ਰੀ ਹੋਈਆਂ ਨਹੀਂ ਤਾਂ ਉਸ ਦਿਨ ਮੈਨੂੰ ਫੀਲ ਹੋਇਆ ਕਿ ਦੇਖੋ ਕਿੰਨੇ ਪੋਲੇ ਪਾਲੇ ਜਾਂ ਫਿਰ ਅਨਅਵੇਅਰ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਕਿ ਮੇਰੀ ਅਨਾਉਂਸਮੈਂਟ ਨਾਲ ਕੁਝ ਹੋਣਾ ਸੀ ਹਾਲਾਂਕਿ ਜੋ ਬਜਟ ਦੀ ਅਨਾਉਂਸਮੈਂਟ ਹੈ ਸਾਡੀ ਕਮੈਂਟ ਕਰਦੀ ਹੈ 1 ਅਪ੍ਰੈਲ ਤੋਂ ਉਹਨਾਂ ਦੀਆਂ ਨੀਤੀਆਂ ਲਾਗੂ ਹੁੰਦੀਆਂ ਨੇ ਤਾਂ ਉਹ ਜੋ ਲੜਕੀਆਂ ਜੇ ਸੁੰਦਰੀਆਂ ਨੇ ਮੇਰੀ ਆਵਾ ਜੋ ਬਸਾਂ ਫ੍ਰੀ ਹੋ ਚੁੱਕੀਆਂ ਨੇ ਚਾਹੇ ਤੁਸੀਂ ਬਰਨਾਲੇ ਤੋਂ ਚੰਡੀਗੜ੍ਹ ਆਓ ਚਾਹੇ ਤੁਸੀਂ ਬਰਨਾਲੇ ਤੋਂ ਬਠਿੰਡੇ ਜਾਓ ਠੀਕ ਹੈ ਹੁਣ ਬਸਾਂ ਫ੍ਰੀ ਹੋ ਚੁੱਕੀਆਂ ਨੇ 1 ਅਪ੍ਰੈਲ ਤੋਂ ਬਿਲਕੁਲ ਫ੍ਰੀ ਆਫ ਕੋਸਟ ਹੈ ਬਹੁਤ ਸਾਰੇ ਮਿੰਮਸ ਵੀ ਬਣ ਚੁੱਕੇ ਨੇ ਹੁਣ ਤਾਂ ਉਸਤੇ ਦੋਸਤੋ ਤਾਂ ਉਹਨਾਂ ਨੂੰ ਦੇਖ ਕੇ ਹਾਸੇ ਵੀ ਹੁੰਦੀ ਹੈ ਲੇਕਿਨ ਗਵਰਨਮੈਂਟ ਦੀ ਸਕੀਮਾ ਨੇ ਉਸ ਦਾ ਫਾਇਦਾ ਉਠਾਓ ਤੇ ਜੋ ਫ੍ਰੀ ਆਫ ਕੋਸਟ ਦੋਸਤੋ ਜੇ ਤੁਸੀਂ ਆਉਣਾ ਚਾਹੁੰਦੇ ਹੋ ਜੇ ਤੁਸੀਂ ਸਟੂਡੈਂਟ ਹੋ ਸਪੈਸ਼ਲੀ ਲੜਕੀਆਂ ਨੂੰ ਕਿਉਂਕਿ ਲੜਕੀਆਂ ਹੀ ਫ੍ਰੀ ਆ ਸਕਦੀਆਂ ਨਹੀਂ ਤਾਂ 25 ਸੈਕਟਰ ਆ ਕੇ ਸਾਨੂੰ ਤੁਸੀਂ ਮਿਲ ਸਕਦੇ ਹੋ ਬਿਲਕੁਲ ਫ੍ਰੀ ਆਫ ਦੋਸਤੋ ਇੱਕ ਕਦੋਂ ਹੈ ਅਬਜ਼ਰਵ ਕਰਾਇਆ ਜਾਂਦਾ ਹੈ ਦੋਸਤੋ ਆਟイズਮ ਅਵੇਅਰਨੈਸ ਡੇ ਜੀ ਜੇ ਮੈਂ ਗੱਲ ਕਰਾ ਇਹ ਭੁੱਲਣ ਦੀ ਬਿਮਾਰੀ ਹੈ ਠੀਕ ਹੈ ਇਨਸਾਨ ਜੋ ਭੁੱਲਣ ਲੱਗ ਜਾਂਦਾ ਹੈ ਜਲਦੀ ਜਲਦੀ ਆਪਣੀਆਂ ਗੱਲਾਂ ਆਪਣੀ ਜੋ ਮੈਮਰੀ ਦੋਸਤੋ ਠੀਕ ਹੈ ਜੀ ਤਾਂ ਆਟイズਮ ਅਵੇਅਰਨੈਸ ਦੀ ਕਦੋਂ ਹੁੰਦਾ ਹੈ ਜੀ ਠੀਕ ਹੈ ਹਾਂਜੀ ਤਾਂ ਸਰ ਜੀ ਬਹੁਤ ਬੁਰਾ ਹਾਲ ਹੈ ਜੀ ਤਾਂ ਬਾਕੀ ਚਲੋ ਸਾਰੇ ਸਟੂਡੈਂਟਸ ਆਪਣੇ ਆਪਣੇ ਦੀ ਵਿਚਾਰ ਦਿੰਦੇ ਰਿਹਾ ਕਰੋ ਜੀ ਤਾਂ ਤਨਵੀਰ ਬਰਾੜ ਪੁੱਲ ਜੋ ਦੀਕਸ਼ਾ ਜੀ ਹਾਂ ਦੀਕਸ਼ਾ ਨੇ ਲਿਖਿਆ ਕਿ ਹੈ ਗੁਰਦਾਸਪੁਰ ਚ ਤਾਂ ਬੀਜਪੀ ਆਉਣੀ ਹੈ ਹੈਰੀ ਸਿੰਘ ਅੱਛਾ ਦੀਕਸ਼ਾ ਦੀ ਲੜਾਈ ਹੋ ਰਹੀ ਹੈ ਸਾਰੇ ਗਰੁੱਪ ਦੇ ਨਾਲ ਠੀਕ ਹੈ ਦੀਕਸ਼ਾ ਇਸ ਸਪੋਰਟਿੰਗ ਬੀਜਪੀ ਠੀਕ ਹੈ ਦੋਸਤੋ ਕਿਸੇ ਵੀ ਪਾਰਟੀ ਨੂੰ ਸਪੋਰਟ ਕਰੋ ਲੇਕਿਨ ਸਮਝਦਾਰੀ ਨਾਲ ਖੜੋ ਠੀਕ ਹੈ ਇਹ ਜ਼ਰੂਰ ਮੈਂ ਕਹਿਣਾ ਚਾਹਾਂਗਾ ਜੀ ਠੀਕ ਹੈ ਇੱਥੇ ਦੋਸਤੋ 2 ਅਪ੍ਰੈਲ ਨੂੰ ਕਾਫੀ ਜੋ ਬੱਚੇ ਨੇ ਉਹ ਅਨਸਰ ਦੇ ਰਹੇ ਨੇ ਤਾਂ ਦੋਸਤੋ ਆਟイズਮ ਅਵੇਅਰਨੈਸ ਡੇ ਠੀਕ ਹੈ ਜੀ ਆਟイズਮ ਅਵੇਅਰਨੈਸ ਡੇ ਹੈ 2 ਅਪ੍ਰੈਲ ਠੀਕ ਹੈ ਫਿਰ ਉਸ ਤੋਂ ਬਾਅਦ ਅਗਲਾ ਜੋ ਪ੍ਰਸ਼ਨ ਹੈ ਠੀਕ ਹੈ ਲੇਕਿਨ ਉਸ ਤੋਂ ਪਹਿਲਾਂ ਦੋਸਤੋ ਇਸ ਮਹੀਨੇ ਦੇ ਜਿਹਵੇਂ ਇੰਪੋਰਟੈਂਟ ਡੇਜ਼ ਦੀ ਗੱਲ ਕਰਾਂ 1 ਅਪ੍ਰੈਲ ਨੂੰ ਮਹਾਰਾਸ਼ਟਰਾ ਡੇ ਸੀ 2 ਅਪ੍ਰੈਲ ਨੂੰ ਆਟイズਮ ਅਵੇਅਰਨੈਸ ਡੇ ਹੈ ਦੋਸਤੋ ਇਸ ਦੀ ਅਲੱਗ ਤੋਂ ਮੈਂ ਤੁਹਾਨੂੰ ਇੱਕ ਲਿਸਟ ਵੀ ਦੇ ਦਾਂਗਾ ਜਿਵੇਂ ਕਿ ਦੋਸਤੋ 7 ਅਪ੍ਰੈਲ ਨੂੰ ਵਰਲ ਠੀਕ ਹੈ ਉਸ ਤੋਂ ਬਾਅਦ ਦੋਸਤੋ ਵਿਸਾਖੀ ਵੀ ਆਇਆ ਹੈ ਇਸੇ ਮਹੀਨੇ ਠੀਕ ਹੈ ਤਾਂ ਵਿਸਾਖੀ ਹੈ 14 April ਦੀ 14 April ਨੂੰ ਹੀ ਬਾਬਾ ਸਾਹਿਬ ਅਮੇਤਕਰ ਜੀ ਦਾ ਦੋਸਤੋ ਜਨਮ ਦਿਵਸ ਵੀ ਹੁੰਦਾ ਹੈ ਫਿਰ ਉਸ ਤੋਂ ਬਾਅਦ 18 April ਹੈ ਦੋਸਤੋ World Heritage Day ਨੂੰ ਅਬਜ਼ਰਵ ਕਰਦੇ ਆ ਫਿਰ ਦੋਸਤੋ 21 April ਹੈ ਸਿਵਲ ਸਰਵਿਸਿਜ਼ ਡੇ ਹੁੰਦਾ ਹੈ ਫਿਰ 22 April ਹੈ ਦੋਸਤੋ World Earth Day वर्ल्ड अर्थ डे तो आगे वादा वादा जरूर मेनू जल्दी नाल ਦੱਸ ਦੋ ਉਹ ਅਰਥ ਆਰ ਕਦੋਂ ਹੁੰਦਾ ਦੋਸਤੋ ਅਰਥ ਆਰ ਕਦੋਂ ਹੁੰਦਾ ਹੈ ਅਰਥਡੇ 22 ਜੋ ਹੈ ਦੋਸਤੋ 22 ਅਪ੍ਰੈਲ ਨੂੰ ਹੁੰਦਾ ਫਿਰ 24 ਅਪ੍ਰੈਲ ਦੀ ਜੇ ਅਸੀਂ ਗੱਲ ਕਰੀਏ ਦੋਸਤੋ ਰੂਰਲ ਪੰਚਾਇਤੀ ਦਿਵਸ ਹੁੰਦੇ ਦੋਸਤੋ ਪੰਚਾਇਤੀ ਦਿਵਸ ਕਿਉਂਕਿ 1992 ਦੇ ਵਿੱਚ ਇਸੇ ਦਿਨ ਹੈ ਸਾਡਾ 73ਵਾਂ ਅਮੈਂਡਮੈਂਟ ਪਾਸ ਹੋਇਆ ਸੀ ਠੀਕ ਹੈ ਅਤੇ ਇਹ ਜੋ ਕੁਝ ਇੰਪੋਰਟੈਂਟ ਡੇਜ਼ ਨੇ ਅਤੇ ਦੋਸਤੋ ਮੈਨੂੰ ਤੁਸੀਂ ਦੱਸਣਾ ਸੀ ਜਲਦੀ ਨਾਲ ਹਾਂਜੀ ਲਾਸਟ ਸੈਟਰਡੇ ਆਫ ਮਾਰਚ ਵੈਰੀ ਗੁੱਡ ਵੈਰੀ ਗੁੱਡ ਜੀ ਵੈਰੀ ਗੁੱਡ हां जी दोस्तों लास्ट मार्च ऑफ सैटरडे वेरी गुड वेरी गुड मार्च दे 27 मार्च नु सी अर्थ आर थे आर थ्री होता भाई 1 अप्रैल नु ठीक है दोस्तों अगले प्रश्न की तरफ चलਦੇ ਆ अगला जो प्रश्न है वो है कि हु ऑथर द बुक दोस्तों एक बुक है नई लिखी गई है ठीक है ता इन द ड्रीम हाउस ठीक है इन द ड्रीम हाउस दैट वां द 2021 ਇਹ ਜੋ ਅਵਾਰਡ ਹੈ ਦੋਸਤੋ ਰਥ ਬੌਂਸ ਫੋਲੀਓ ਲਿਟਰੇਚਰੀ ਪ੍ਰਾਈਜ਼ ਜਿਸ ਬੁੱਕ ਨੂੰ ਮੈਂ ਦੋਸਤੋ ਰੀਸੈਂਟਲੀ ਇਹ ਅਵਾਰਡ ਮਿਲਿਆ ਹੈ ਰਥ ਬੌਂਸ ਫੋਲੀਓ ਲਿਟਰੇਚਰੀ ਪ੍ਰਾਈਜ਼ ਦੋਸਤੋ ਇਹ ਜੋ ਬੁੱਕ ਹੈ ਇਨ ਦਾ ਡ੍ਰੀਮ ਹਾਊਸ ਇਸ ਬੁੱਕ ਨੂੰ ਲਿਖਿਆ ਕਿਸ ਨੇ ਹੈ ਜ਼ਿੰਜ਼ੀ ਕਾਰਮਨ ਅਲਾਈਸ ਕੈਲੀ ਮਾਰਗਰੇਟ ਠੀਕ ਹੈ ਤਾਂ ਜਲਦੀ ਨਾਲ ਦੱਸੋ ਲੇਕਿਨ ਉਹਦੇ ਨਾਲ-ਨਾਲ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਦੋਸਤੋ ਮੈਂ ਉਹੀ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਸਾਡੇ ਲੋਕ ਇਮੋਸ਼ਨਲ ਬਹੁਤ ਨੇ ਠੀਕ ਹੈ ਸਾਡੇ ਲੋਕ ਠੀਕ ਹੈ ਭਾਵਨਾਤਮਕ ਬੜੇ ਨੇ ਠੀਕ ਹੈ ਜਿਸ ਪਾਰਟੀ ਨਾਲ ਸਾਡੀ ਜੋ ਸਾਂਝ ਜੁੜੀ ਹੇ ਜਿਸ ਪਾਰਟੀ ਨਾਲ ਸਾਡੇ ਥਾਟਸ ਮਿਲਦੇ ਨੇ ਦੋਸਤੋ ਜੇ ਉਸ ਤੋਂ ਅਲੱਗ ਹੋ ਕੇ ਕੋਈ ਉਸ ਦਾ ਪ੍ਰਚਾਰ ਕਰਦਾ ਉਸ ਦੀ ਗੱਲ ਕਰਦਾ ਤਾਂ ਅਸੀਂ ਬੜੇ ਜਲਦੀ ਗਰਮਾ ਗਰਮ ਹੋ ਜਾਂਦੇ ਦੋਸਤੋ ਜਿਸ ਤਰ੍ਹਾਂ ਮੈਨੂੰ ਹੁਣ ਕਮੈਂਟ ਬਾਕਸ ਦੇ ਵਿੱਚ ਦਿਖ ਰਿਹਾ ਹੈ ਤਾਂ ਦੋਸਤੋ ਇਹੀ ਚੀਜ਼ ਹੈ ਜੋ ਸਾਨੂੰ ਦੋਸਤੋ ਲੌਂਗ ਟਰਮ ਦੇ ਵਿੱਚ ਸਾਨੂੰ ਖਤਮ ਕਰਦੀ ਹੈ ਸਾਨੂੰ ਮਾਰਦੀ ਹੈ ਅਸੀਂ ਆਪਣਾ ਜੋ ਧਿਆਨ ਹੈ ਪੜ੍ਹਾਈ ਦੇ ਦੀ ਤਰਫ ਰੱਖੀਏ ਮੈਂ ਪ੍ਰੈਪਰੇਸ਼ਨ ਦੀ ਗੱਲ ਨਹੀਂ ਕਰ ਰਿਹਾ ਮੈਂ ਸਮਝ ਦੀ ਗੱਲ ਕਰ ਰਿਹਾ ਦੋਸਤੋ ਨਿਊਜ਼ਪੇਪਰ ਜ਼ਰੂਰ ਪੜ੍ਹਨਾ ਚਾਹੀਦਾ ਹੈ ਠੀਕ ਹੈ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ ਕਿਉਂਕਿ ਕਿਤਾਬ ਨਾਲ ਹੀ ਜ ਚਾਰ ਸੜਾ ਰਾਜਨੀਤੀ ਲਈ ਵੀ ਹੋਣਾ ਚਾਹੀਦਾ ਹੈ ਲੇਕਿਨ ਦੋਸਤੋ ਅਸੀਂ ਉਸ ਰਾਜਨੀਤੀ ਲਈ ਆਪਣਾ ਜੋ ਥੌਟ ਪ੍ਰੋਸੈਸ ਹੈ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਜੋ ਥੌਟ ਤੋਂ ਆਪੋਜੀਟ ਕੋਈ ਕਿਸੇ ਪਾਰਟੀ ਨੂੰ ਜੋ ਹੈ ਸਪੋਰਟ ਕਰਦਾ ਹੈ ਤਾਂ ਅਸੀਂ ਦੋਸਤੋ ਸਾਹਮਣੇ ਵਾਲੇ ਦਾ ਨੁਕਸਾਨ ਤਾਂ ਮੈਨੂੰ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਲੇਕਿਨ ਆਪਣਾ ਪੂਰਾ ਜੋ ਦਿਨ ਹੈ ਆਪਣਾ ਜੋ ਪੂਰਾ ਵਕਤ ਹੈ ਉਸ ਨੂੰ ਜ਼ਰੂਰ ਡਿਸਟਰਬ ਕਰਦੇ ਆ ਤਾਂ ਦੋਸਤੋ ਉਹ ਨਾ ਕਰਿਆ ਕਰੀਏ ਉਹ ਉਸ ਦੀ ਬਜਾਏ ਆਪਣਾ ਜੋ ਅਸੀਂ ਵਕਤ ਹੈ ਸੋਹਣੀਆਂ ਸੋਹਣੀਆਂ ਜੋ ਕਿਤਾਬਾਂ ਲਈ ਹੈ ਦੋਸਤੋ ਜ਼ਰੂਰ ਹੈ ਜੋ ਕਰਿਆ ਕਰੀਏ ਛੋਟੀ ਜੀ ਜ਼ਿੰਦਗੀ ਹੈ ਠੀਕ ਹੈ ਕੋਈ ਵੱਡੀ ਜ਼ਿੰਦਗੀ ਹੈ ਨਹੀਂ ਹੈ 80 90 ਸਾਲ ਮੈਕਸਿਮਮ ਤੋਂ ਮੈਕਸਿਮਮ ਆਪਾਂ ਜਿਉਨੇ ਆ ਦੋਸਤੋ ਠੀਕ ਹੈ ਜੇ ਵਧੀਆ ਰਹੋਗੇ ਆਪਣੀ ਹਲਤ ਦਾ ਧਿਆਨ ਰੱਖੋਗੇ 100 ਸਾਲ ਹੋ ਜਾਏ ਕਰਕੇ ਜਾਈਏ ਜਿਸ ਨਾਲ ਸਾਡੇ ਜਾਣ ਤੋਂ ਬਾਅਦ ਵੀ ਸਾਨੂੰ ਲੋਕ ਯਾਦ ਰੱਖਣ ਚਾਰ ਲੋਕ ਸਾਨੂੰ ਯਾਦ ਰੱਖਣ ਪੋਜੀਟਿਵ ਵੇ ਨਾਲ ਯਾਦ ਰੱਖਣ ਦੋਸਤੋ ਤਾਂ ਦੋਸਤੋ ਇਸ ਤਰ੍ਹਾਂ ਦੇ ਜੋ ਕੰਮ ਲਈ ਸਾਨੂੰ ਸੋਚਣਾ ਚਾਹੀਦਾ ਹੈ ਕੰਸਟਰਕਟਿਵ ਵਰਕ ਲਈ ਆਪਣੀ ਆਪਣੀ ਫੈਮਿਲੀ ਦੇ ਕੰਸਟਰਕਟਿਵ ਵਰਕ ਲਈ ਕਿਉਂਕਿ ਰਾਜਨੀਤੀ ਨੇ ਦੋਸਤੋ ਹਜੇ ਤੱਕ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਦਿੱਤੀਆਂ ਨੇ ਖੋਈਆਂ ਜ਼ਰੂਰ ਨੇ ਲੇਕਿਨ ਜੇ ਦੋਸਤੋ ਦੇਖੀਏ ਕਿ ਕੁਝ ਨੇਤਾ ਹੋਏ ਨੇ ਸਾਡੀ ਪੂਰੀ ਰਾਜਨੀਤੀ ਦੇ ਵਿੱਚ ਵੀ ਲੇਕਿਨ ਜਿਨ੍ਹਾਂ ਨੇ ਦੋਸਤੋ ਲੋਕਾਂ ਲਈ ਕੰਮ ਕੀਤਾ ਹੈ ਲੇਕਿਨ ਇੱਕ ਬੜੀ ਇੰਟਰਸਟਿੰਗ ਗੱਲ ਮੈਂ ਦੇਖੀ ਹੈ ਕਿ ਆਜ਼ਾਦੀ ਤੋਂ ਤੋ ਅੱਜ ਦੇ ਅਸੀਂ ਜੋ ਮਾਡਲ ਲੈਤਾਵਾਂ ਦੀ ਗੱਲ ਕਰੀਏ ਜਿਹਨੂੰ ਅਸੀਂ ਮੰਨਦੇ ਹਾਂ ਆਪਣੀ ਪੂਰੀ ਮੰਤਨਾਂ ਤਨਾਂ ਤੋ ਦੋਸਤੋ ਆਜ਼ਾਦੀ ਤੋਂ ਪਹਿਲਾਂ ਸਾਨੂੰ ਜ਼ਿਆਦਾ ਮਿਲ ਜਾਣਗੇ ਆਜ਼ਾਦੀ ਤੋਂ ਬਾਅਦ ਸਾਨੂੰ ਘੱਟ ਮਿਲਣਗੇ ਤਾਂ ਇਹਦਾ ਮਤਲਬ ਹੈ ਕਿ ਮੁਸ਼ਕਲ ਹਾਲਾਤਾਂ ਦੇ ਵਿੱਚ ਹੈ ਜੋ ਲੀਡਰ ਨੇ ਜ਼ਿਆਦਾ ਪੈਦਾ ਹੁੰਦੇ ਨੇ ਤਾਂ ਦੋਸਤੋ ਜੇ ਤੁਹਾਡੇ ਮੁਸ਼ਕਲ ਹਾਲਾਤ ਨਹੀਂ ਨੇ ਤਾਂ ਤੁਹਾਨੂੰ ਲੱਗ ਰਿਹਾ ਹੋਏਗਾ ਲੇਕਿਨ ਐਕਚੁਅਲ ਦੇ ਵਿੱਚ ਮੁਸ਼ਕਲ ਹਾਲਾਤ ਹੁੰਦੇ ਨੇ ਆਪਣੇ ਆਪ ਨੂੰ ਦੋਸਤੋ ਜੋ ਮੈਂ ਅੱਜ ਦਾ ਥਾਟ ਸੀ ਕਿ ਸੂਰਜ ਵਾਂਗੂ ਦਮਕਣਾ ਹੈ ਤਾਂ ਸੂਰਜ ਦੀ ਤਰ੍ਹਾਂ ਤਪਣਾ ਵੀ ਪਏਗਾ ਤਾਂ ਠਪਾਉਣ ਦੀ ਕੋਸ਼ਿਸ਼ ਕਰੋ ਠੀਕ ਹੈ ਜਿੰਨੇ ਵੀ ਐ ਦੋਸਤੋ ਕਦੇ ਸੋਚਿਆ ਹੀ ਨਹੀਂ ਹੈ ਕਿ ਉਹ ਤੁਸੀਂ ਕਰ ਵੀ ਸਕਦੇ ਹੋ ਉਹਨਾਂ ਬਾਰੇ ਸੋਚੋ ਦੋਸਤੋ ਉਹਨਾਂ ਨੂੰ ਕਰੈਕ ਕਰਨ ਬਾਰੇ ਸੋਚੋ ਜੇ ਸੋਚੋਗੇ ਤਾਂ ਫਿਰ ਉਹਨਾਂ ਬਾਰੇ ਆਈਡੀਆਜ਼ ਬਣਨਗੇ ਉਹਨਾਂ ਦੇ ਆਈਡੀਆਜ਼ ਬਣਨਗੇ ਤਾਂ ਪਲੈਨਿੰਗ ਬਣੇਗੀ ਪਲੈਨਿੰਗ ਬਣੇਗੀ ਤਾਂ ਦੋਸਤੋ ਕੁਝ ਨਾ ਕੁਝ ਤੁਸੀਂ ਉਹਨਾਂ ਲਈ ਐਫਰਟ ਜ਼ਰੂਰ ਕਰੋਗੇ ਤਾਂ ਦੋਸਤੋ ਜੋ ਡ੍ਰੀਮ ਹਾਊਸ ਹੈ ਇਹ ਜੋ ਬੁੱਕ ਹੈ ਦੋਸਤੋ ਇਟ ਵਾਸ ਰਿਟਨ ਬਾਈ ਕਾਰਮਨ ਮਾਰੀਆ ਕਾਰਬੀਆ ਮੈਚੋਡੋ ਠੀਕ ਹੈ ਤਾਂ ਕਾਰਮਨ ਮਾਰੀਆਂ ਨੇ ਇਹ ਬੁੱਕ ਲਿਖੀ ਹੈ ਜਿਨ੍ਹਾਂ ਨੂੰ ਰੀਸੈਂਟਲੀ ਦੋਸਤੋ ਇਹ ਪ੍ਰਾਈਜ਼ ਮਿਲਿਆ ਹੈ ਰੈਥਵੋਨਸ ਫੋਲੀਓ ਲਿਟਰੇਚਰੀ ਪ੍ਰਾਈਜ਼ ਠੀਕ ਹੈ ਫੋਰ ਦਾ ইয়ার 2021 ਦੋਸਤੋ ਤਾਂ ਇਹ ਦੋਸਤੋ ਯਾਦ ਰੱਖਣਾ ਇਸ ਪ੍ਰਾਈਜ਼ ਦਾ ਨਾਮ ਵੀ ਅਤੇ ਜੋ ਦੋਸਤੋ ਇਸ ਬੁੱਕ ਦਾ ਨਾਮ ਵੀ ਤੇ ਇਸ ਦੇ ਰਾਈਟਰ ਦਾ ਨਾਮ ਵੀ ਤਾਂ ਦੋਸਤੋ ਇਸੇ ਤਰ੍ਹਾਂ ਅੱਜ ਦੇ ਜੋ ਕਰੰਟ ਅਫੇਅਰ ਨੇ ਦੋਸਤੋ ਕੰਪਲੀਟ ਹੋਏ ਨੇ ਲਾਸਟ ਦੇ 2 ਮਿੰਟ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਦੋਸਤੋ ਕਹਾਂਗਾ ਕਿ ਜੇ ਤੁਸੀਂ ਲਾਸਟ ਦੇ ਵਿੱਚ ਵੀ ਜੁੜੇ ਹੋ ਤਾਂ ਲਾਸਟ ਦੇ 2 ਮਿੰਟ ਜ਼ਰੂਰ ਦੇਖ ਕੇ ਜਾਣਾ ਕਿਉਂਕਿ ਇਸ ਦੇ ਵਿੱਚ ਸਾਰੇ ਕਰੰ ਮਾਰਤ ਹੋਇ ਇੱਕ ਵਾਰ ਰਿਵਾਈਜ਼ ਕਰਾਂਗਾ ਤਾਂ ਦੋਸਤੋ ਅੱਜ ਦਾ ਜੋ ਪਹਿਲਾ ਜੋ ਕਰੰਟ ਅਫੇਅਰ ਸੀ ਉਸੇ ਕੀ ਸਾਡੀ ਜੋ ਬਿਮਸਟੈਕ ਦੀ ਮੀਟਿੰਗ ਦੇ ਵਿੱਚ ਸੀ ਦੋਸਤੋ ਮੁੱਖ ਮੁੱਦਾ ਕੀ ਸੀ ਜਿਹਦੇ ਵਿੱਚ ਸਾਡੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਜੋ ਦੋਸਤੋ ਹਿੱਸਾ ਲਿਆ ਸੀ ਥੈਟ ਵਾਸ ਦਾ ਦੋਸਤੋ ਮਾਸਟਰ ਕਨੈਕਟੀਵਿਟੀ ਪਲਾਨ ਠੀਕ ਹੈ ਤਾਂ ਇਹ ਜੋ ਬਿਮਸਟੈਕ ਹੈ ਇਸ ਦਾ ਹੈੱਡ ਕੁਆਟਰ ਧਾਕਾ ਦੇ ਵਿੱਚ ਹੈ ਅਤੇ ਇਸ ਸਾਲ ਜੋ ਹੋਸਟ ਕੀਤੀ ਸੀ ਉਹ ਸ਼੍ਰੀਲੰਕਾ ਨੇ ਕੀਤੀ ਸੀ ਦੋਸਤੋ ਅਗਲਾ ਪ੍ਰਸ਼ਨ ਸੀ ਸਾਡਾ ਕਿ ਜੋ ਯੂਲਪੀਆਈ ਨੰਬਰ ਹੈ ਦੋਸਤੋ ਉਹ ਹੈ ਕਿੰਨੇ ਡਿਜੀਟ ਦਾ ਨੰਬਰ ਹੋਏਗਾ ਦੋਸਤੋ ਇਹ 14 ਡਿਜੀਟ ਦਾ ਨੰਬਰ ਹੋਏਗਾ ਜੋ ਕਿ ਭਾਰਤ ਵਿੱਚ ਹਰੇਕ ਜ਼ਮੀਨ ਹਰੇਕ ਪਲਾਟ ਦਾ ਨੰਬਰ ਦੱਸੇਗਾ ਫਿਰ ਤੀਜਾ ਦੋਸਤ ਕਿੰਨੇ ਰਫੋਲ ਜੈਟ ਹੈ ਅਸੀਂ ਫਰਾਂਸ ਤੋਂ ਲੈ ਰਹੇ ਹਾਂ 36 ਦੋਸਤੋ ਡਿਸੋਲਡ ਡਿਵੀਸ਼ਨ ਨਾਮ ਦੀ ਕੰਪਨੀ ਇਸ ਨੂੰ ਬਣਾ ਰਹੀ ਹੈ ਚੌਥਾ ਪ੍ਰਸ਼ਨ ਐਨਪੀਸੀਆਈ ਦੁਆਰਾ ਨਵੀਂ ਜੋ ਬਣਾਈ ਕੰਪਨੀ ਦਾ ਨਾਮ ਕੀ ਹੈ ਦੋਸਤੋ ਥੈਟ ਇਜ਼ ਦਾ ਭਾਰਤ ਬਿਲ ਪੇ ਲਿਮਟਿਡ ਫਿਰ ਅਗਲਾ ਦਵਾਦਾ ਸਾਹ ਫੌਲਕ ਅਵਾਰਡ ਦੋਸਤੋ 51st ਹੈ ਹੂ ਵਨ ਥਿਸ ਰਜਨੀਕਾਂਤ ਜੀ ਨੂੰ ਤਾਮਿਲਨਾਡੂ ਤਾਮਿਲ ਦੇ ਬਹੁਤ ਵੱਡੇ ਸਟਾਰ ਨੂੰ ਇਹ ਅਵਾਰਡ ਮਿਲਿਆ ਦੋਸਤੋ ਡਿਜੀਟ ਇੰਸ਼ੋਰੈਂਸ ਦੇ ਨਵੇਂ ਬ੍ਰਾਂਡ ਵੈਸਟ ਦੋਸਤੋ ਜਨੂ ਇੰਸ਼ੋਰੈਂਸ ਕੰਪਨੀ ਥੈਟ ਦਾ ਵਿਰਾਟ ਕੋਹਲੀ ਨਵੇਂ ਜੋ ਸਲਵਾਕਿਆ ਦੇ ਜੋ ਪ੍ਰਾਈਮ ਮਿੰਿਸਟਰ ਬਣੇ ਦੋਸਤੋ ਥੈਟ ਇਜ਼ ਦਾ ਐਡਵਾਰ ਹੈਜਰ ਦੋਸਤੋ ਡੱਪਟੀ ਗਵਰਨਰ ਸੀ 2002 ਤੋਂ 2014 ਤੱਕ ਆਰਬੀਆਈ ਦੇ ਠੀਕ ਹੈ ਫਿਰ ਉਸ ਤੋਂ ਅਗਲਾ ਪ੍ਰਸ਼ਨ ਦੋਸਤੋ ਆਟイズਮ ਅਵੇਅਰਨੈਸ ਡੇ ਤਾਂ ਦੋਸਤੋ ਇਹ ਆਟイズਮ ਅਵੇਅਰਨੈਸ ਡੇ ਜੋ ਹੁੰਦਾ ਹੈ ਕਦੋਂ ਹੁੰਦਾ ਹੈ 2 ਅਪ੍ਰੈਲ ਨੂੰ ਹੁੰਦਾ ਹੈ ਅਤੇ ਦੋਸਤੋ ਅਖੀਲਾ ਪ੍ਰਸ਼ਨ ਜੇ ਇੰਦਾ ਡ੍ਰੀਮ ਹਾਊਸ ਜਿਸ ਬੁੱਕ ਨੇ ਰੀਸੈਂਟਲੀ ਰਥ ਬੋਨਸ ਫੋਲਿਓ ਲਿਟਰੇਚਰੀ ਪਾਈ ਜਿੱਤੇ ਹੈ ਇਹ ਦੋਸਤੋ ਕਿਸ ਨੇ ਲਿਖੀ ਹੈ ਦੋਸਤੋ ਇਟ ਵਾਸ ਰਿਟਨ ਬਾਏ ਕਾਰਮਨ ਮਾਰੀਆ ਦੋਸਤੋ ਠੀਕ ਹੈ ਤਾਂ ਇਹ ਇੰਪੋਰਟੈਂਟ ਪ੍ਰਸ਼ਨ ਦੋਸਤੋ ਉਸ ਤੋਂ ਇੰਪੋਰਟੈਂਟ ਦੋਸਤੋ ਨੋਟੀਫਿਕੇਸ਼ਨਸ ਵੀ ऐसे तरह दोस्तों नई-नई चीजें हर रोज है कुछ ऐड ऑन हुंदिया ने कुछ माइनस हुंदिया ने ਤੁਸੀਂ ਲਗਾਤਾਰ ਹੈ ਆਪਣੀ ਪੂਰੀ ਨੇ ਪੂਰੀਆਂ ਦੇਸ਼ ਤੇ ਦੁਨੀਆ ਦੀ ਇੰਪੋਰਟੈਂਟ ਜੋ ਨਿਊਜ਼ ਨੇ ਇੰਪੋਰਟੈਂਟ ਜੋ ਕਰੰਟ ਅਫੇਅਰ ਨੇ ਉਹਨਾਂ ਨੂੰ ਸੁਣ ਲਈ ਦੋਸਤੋ ਸਾਡਾ ਜੋ ਚੈਨਲ ਹੈ ਸਬਸਕ੍ਰਾਈਬ ਕਰ ਲਿਆ ਹੈ ਜੇ ਨਹੀਂ ਕੀਤਾ ਤਾਂ ਉਸ ਨੂੰ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਅਤੇ ਦੋਸਤੋ ਹਰ ਰੋਜ਼ ਸਵੇਰੇ ਤੁਸੀਂ 10:00 ਦਾ ਸਾਕੇ ਸਾਡੇ ਨਾਲ ਜੁੜਜਾ ਕਰੋ ਅਤੇ ਇਸ ਜਰਨਲ ਦੋਸਤੋ ਮੈਂ ਜ਼ਰੂਰ ਵਾਦਾ ਕਰਦੇ ਆਂ ਕਿ ਤੁਹਾਡੇ ਜੋ 90% ਤੋਂ ਜ਼ਿਆਦਾ ਜੋ ਕਰੰਟ ਅਫੇਅਰ ਨੇ ਕਿਸੇ ਵੀ ਐਗਜ਼ਾਮ ਦੇ ਵਿੱਚ ਜੇ ਤੁਸੀਂ ਬੈਠਦੇ ਹੋ ਤਾਂ ਉਹ ਕਵਰ ਹੋ ਜਾਣਗੇ ਤੇ ਦੋਸਤੋ ਇਸ ਲਈ ਜ਼ਰੂਰੀ ਹੈ ਕਿ ਲਗਾਤਾਰ ਕੰਸਿਸਟੈਂਟ ਬਣੇ ਰਹੋ ਆਪਣੀ ਤਿਆਰੀ ਨੂੰ ਬਰਕਰਾਰ ਰੱਖੋ ਅਤੇ ਦੋਸਤੋ ਇਹ ਜੋ ਪੀਡੀਐਫ ਜੇ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਜੋ ਪੇਡ ਬੱਚੇ ਨੇ ਜੋ ਦੇਖ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੈ ਸਭ ਨੂੰ ਕਿਉਂਕਿ ਉਹਨਾਂ ਦੇ ਵਟਸਐਪ ਗਰੁੱਪਸ ਤੇ ਆ ਜਾਂਦੀ ਹੈ ਲੇਕਿਨ ਇਹ ਜੋ ਨਾਰੀ ਨਾਲ ਅਸੀਂ ਆਪਣੇ ਜੋ ਟੈਲੀਗ੍ਰਾਮ ਚੈਨਲ ਹੈ ਜਿਸ ਦਾ ਨਾਮ ਹੈ ਸਕਸੈਸ ਟਰੀ ਪੰਜਾਬ ਜਿਸ ਦਾ ਡਿਸਕ੍ਰਿਪਸ਼ਨ ਨੀਚੇ YouTube ਦੇ ਨੀਚੇ ਦੋਸਤ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਉੱਥੇ ਵੀ ਹਰ ਰੋਜ਼ ਦੋਸਤੋ ਬਹੁਤ ਸਾਰੀਆਂ ਜੋ ਪੀਡੀਫਸ ਨੇ ਬਹੁਤ ਸਾਰੀਆਂ ਵੀਡੀਓਜ਼ ਨੇ ਸ਼ੇਅਰ ਹੁੰਦੀਆਂ ਨੇ ਤਾਂ ਇਹ ਪੀਡੀਐਫ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਤਾਂ ਬਹੁਤ ਬਹੁਤ ਧੰਨਵਾਦ ਦੋਸਤੋ ਤਾਂ ਆਪਣਾ ਧਿਆਨ ਰੱਖੋ ਠੀਕ ਹੈ ਲਾਸਟ ਵਿੱਚ ਕੋਰੋਨਾ ਦਾ ਜੋ ਦੋਸਤੋ ਕਹਿਰ ਹੈ ਦਿਨ ਬਏ ਦਿਨ ਵਧਦਾ ਜਾ ਰਿਹਾ ਹੈ ਆਪਣਾ ਧਿਆਨ ਰੱਖੋ ਆਪਣੇ ਆਸ-ਪਾਸ ਦਾ ਧਿਆਨ ਰੱਖੋ ਜੇ ਤੁਸੀਂ ਆਪਣੇ ਆਸ-ਪਾਸ ਦਾ ਆਪਣਾ ਧਿਆਨ ਰੱਖੋਗੇ ਤਾਂ ਥੋੜਾ ਹਰ ਐਗਜ਼ਾਮ ਦੋਸਤੋ ਟਾਈਮ ਤੇ ਹੋਏਗਾ ਹਰ ਇੱਕ ਜੋ ਪ੍ਰਕਿਰਿਆ ਹੈ ਉਹ ਕੰਪਲੀਟ ਆਪਣੇ ਟਾਈਮ ਤੇ ਹੋਏਗੀ ਇਸ ਲਈ ਜ਼ਰੂਰੀ ਹੈ ਅਸੀਂ ਆਪਣਾ ਜੋ ਯੋਗਦਾਨ ਹੈ ਸੋ